एक ओंकार सतनाम करता पुरख निरभउ निरवैर अकाल मूरत अजूनी सैभं गुरप्रसाद जप आद सच जुगाद सच है भी सच नानक होसी भी सच। सतनाम वाहिगुरु जी। श्लोक महला पहला। ਪਹਿਲਾ ਮਸ ਹੋ ਨਿਮਿਆ ਮਸ ਅੰਦਰ ਵਾਸ ਜੀਉ ਪਾਈ ਮਾਸ ਮੂਹੇ ਮਿਲਿਆ ਹੱਡ ਚੰਮ ਤਨ ਮਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਦੇ ਬਿਰਾਜਮਾਨ ਪ੍ਰਗਟ ਗੁਰਾਂ ਕੀ ਦੇਹੇ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਹਜ਼ੂਰੀ ਅੰਦਰ ਮਹਾਰਾਜ ਸਾਹਿਬ ਦੇ ਸਜੇ ਹੋਏ ਪਵਿੱਤਰ ਦਰਬਾਰਾਂ ਦੇ ਵਿੱਚ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਓ ਸਮੇਂ ਦਾ ਲਾਭ ਲਈਏ, ਸਹਿਜ ਪਾਠ ਸੰਸਿਆ ਸਮਾਗਮਾਂ 'ਚ ਹਾਜ਼ਰੀ ਭਰੀਏ, ਰਸਨਾ ਕਰੋ, ਪਵਿੱਤਰ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪਹਿਲਾ। ਪਹਿਲਾ ਮਸ ਹੋ ਨਿਮਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਅੰਗ 1299 ਦੇ ਅੱਧ ਤੋਂ ਸਹਿਜ ਪਾਠ ਸੰਥਿਆ ਦੀ ਪ੍ਰਾਰੰਭਤਾ ਹੋ ਰਹੀ ਹੈ। ਮਾਰੂ ਰਾਗ ਦੀ ਵਾਰ ਦੇ ਅੰਦਰ 25ਵੀਂ ਪੌੜੀ ਤੋਂ ਪਹਿਲਾਂ ਇਹ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਪੌੜੀ ਦੇ ਨਾਲ ਮਿਲਦਿਆਂ ਹੋਇਆਂ ਦਰਜ ਕਰਾਉਂਦੇ ਹਨ। ਇਹਨਾਂ ਸਲੋਕਾਂ ਦੀ ਸਾਖੀ ਉਥਾਨਕਾ ਇਤਿਹਾਸ ਵਿੱਚ ਲਿਖੀ ਆਉਂਦੀ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਚਾਲਾ ਪਾ ਕੇ ਜਗਤ ਜਲੰਧੇ ਨੂੰ ਠਾਰਦੇ ਹੋਏ ਕੁਰੂਕਸ਼ੇਤਰ ਪਹੁੰਚੇ, ਉਸ ਦਿਨ ਬੜਾ ਭਾਰੀ ਪੁਰਬ ਲੱਗਿਆ ਹੋਇਆ ਸੀ। ਸੂਰਜ ਗ੍ਰਹਿਣ ਦਾ ਸਮਾਂ ਜਾਣ ਕੇ ਸੂਰਜ ਗ੍ਰਹਿਣ 'ਤੇ ਬਹੁਤ ਮੇਲਾ ਜੁੜਿਆ, ਜਿੱਥੇ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਅੰਦਰ
ਗੁਰਦੁਆਰਾ ਸਿੱਧ ਬੱਟੀ ਸਾਹਿਬ ਸੁਭਾਏਮਾਨ ਹੈ। ਬ੍ਰਾਹਮਣ ਆਦਿ ਜਿੰਨੇ ਵੀ ਵਰਣ ਸਨ, ਗ੍ਰਿਸਤੀ ਬਾਨ ਪ੍ਰਸਤੀ ਜਿੰਨੇ ਵੀ ਭੇਖੀ ਸਨ, ਵਾਹਿਗੁਰੂ ਦੀ ਭਗਤੀ ਤੋਂ ਸੱਖਣੇ ਆਪੋ ਆਪਣੇ ਵਰਣਾਂ ਦੇ ਹੰਕਾਰ ਦੇ ਸਹਿਤ ਉਹਨਾਂ ਦਾ ਪਖੰਡ ਦੂਰ ਕਰਨ ਵਾਸਤੇ, ਉਹਨਾਂ ਦੇ ਹੰਕਾਰ ਨੂੰ ਨਿਵਿਰਤ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਵਿਚਾਰ ਕਰਨ ਦੇ ਵਾਸਤੇ ਫੁਰਨਾ ਕੀਤਾ ਵੀ ਇਹਨਾਂ ਨਾਲ ਵਿਚਾਰ ਕੀਤੀ ਜਾਵੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿੱਥੇ ਵੀ ਜਾਂਦੇ ਇੱਕ ਵੱਖਰਾ ਹੀ ਢੰਗ ਹੁੰਦਾ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ। ਅਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਪਖੰਡ ਵੱਲੋਂ ਹਟਾ ਕੇ ਸਿੱਧੇ ਰਸਤੇ ਪਾਉਣ ਦਾ ਵਿਚਾਰ ਕਰਕੇ ਅਤੇ ਸਾਰਿਆਂ ਨਾਲੋਂ ਦੂਰ ਜਾ ਕਰਕੇ ਇੱਕ ਵੱਖਰੀ ਜਿਹੀ ਜਗ੍ਹਾ 'ਤੇ ਆਸਣ ਲਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਬੈਠ ਗਏ। ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਦੇ ਨਾਲ, ਭਾਈ ਬਾਲਾ ਜੀ, ਸਤਿਗੁਰੂ ਮਹਾਰਾਜ ਨੇ ਕੀਰਤਨ ਆਰੰਭ ਕਰਾ ਦਿੱਤਾ। ਮਰਦਾਨਾ ਤਬ ਗਾਵਨ ਲਾਗਾ, ਮਧੁਰ ਰਾਗ ਸੋ ਔਰ ਅਨਰਾਗਾ। ਅਤੇ ਜਦੋਂ ਕੀਰਤਨ ਕਰਨ ਲੱਗ ਪਏ ਪਾਤਸ਼ਾਹ, ਹਾਂਸੀ ਦਾ ਰਾਜਾ ਅੰਮ੍ਰਿਤ ਰਾਏ, ਉਹਦੀ ਰਾਣੀ ਆਪਣੇ ਪੁੱਤਰ ਜਗਤ ਰਾਏ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਾਸ ਆਈ। ਅੰਮ੍ਰਿਤ ਰਾਏ ਦਾ ਸਾਰਾ ਹੀ ਪਰਿਵਾਰ ਸਾਧ ਸੰਗਤ ਦੁਸ਼ਮਣਾਂ ਨੇ ਮਾਰ ਦਿੱਤਾ ਸੀ। ਰਾਣੀ ਜਗਤ ਰਾਏ ਦੀ ਦੁਸ਼ਮਣਾਂ ਦੇ ਘੇਰੇ 'ਚੋਂ ਇਹ ਰਾਣੀ ਅਤੇ ਉਹਦਾ ਪੁੱਤਰ ਬਚ ਕੇ ਨਿਕਲ ਆਏ। ਸਾਧੂ ਸੰਤਾਂ ਦਾ ਆਸਰਾ ਲੈਣ ਦੀ ਸੋਚ ਕੇ ਜਦੋਂ ਇਹ ਕੁਰੂਕਸ਼ੇਤਰ ਪਹੁੰਚੇ, ਇੱਥੇ ਸਤਿਗੁਰੂ ਮਹਾਰਾਜ ਬੈਠੇ ਸਨ ਇਕਾਂਤ, ਤਾਂ ਜਦੋਂ ਸਾਹਿਬਾਂ ਨੂੰ ਵੇਖਿਆ ਤਾਂ ਆਉਣ ਲੱਗੇ ਰਾਜੇ ਲੋਕ ਸਨ। ਸੋਚਿਆ ਖਾਲੀ ਹੱਥ ਮਹਾਤਮਾ ਕੋਲ ਜਾਣਾ ਨਹੀਂ ਚਾਹੀਦਾ, ਛੱਤਰੀ ਸਨ, ਇਸ ਕਰਕੇ ਇਹਨਾਂ ਨੇ ਇੱਕ ਹਰਣ ਦਾ ਸ਼ਿਕਾਰ ਖੇਡ ਕੇ ਲਿਆਂਦਾ ਅਤੇ ਹੋਰ ਕੁਝ ਇਹਨਾਂ ਦੇ ਕੋਲ ਹੈ ਨਹੀਂ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਗੇ ਉਹ ਹਿਰਨ ਭੇਟਾ ਕਰਤਾ ਅਤੇ ਸਤਿਗੁਰੂ ਮਹਾਰਾਜ ਸਾਹਿਬ ਹੋਰ ਘਿਰਣਾ ਕਰਦੇ ਜਾਂ ਇਹਨਾਂ ਨੂੰ ਕੋਈ ਜਾਂਦੇ। ਅਤੇ ਸਾਹਿਬਾਂ ਨੇ ਉਹੀ ਜੁਗਤ ਜਿਹੜੀ ਭਾਵਨਾ ਸੀ ਵੀ ਸਾਰੇ ਲੋਕ ਖਿੱਚ ਕੇ ਦੇ ਇਹਨਾਂ ਨੂੰ ਸਿੱਖਿਆ ਦੇਈਏ, ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਜੇ ਲਿਆਏ ਹੋ ਭੇਟਾ ਤਾਂ ਇਉਂ ਕਰੋ। ਉਹਨਾਂ ਸਾਰੀ ਆਪਣੀ ਹਾਲਤ ਵੀ ਦੱਸੀ। ਮਹਾਰਾਜ ਸਾਹਿਬ ਕਹਿੰਦੇ ਵੀ ਫਿਰ ਕਰਦੇ ਵਿਚਾਰ, ਇਹਨੂੰ ਤਿਆਰ ਕਰਕੇ ਦੇ, ਇੱਥੇ ਭਾਂਡੇ ਦੇ ਵਿੱਚ ਬਰਤਨਾਂ ਦਾ ਪ੍ਰਬੰਧ ਕਰਕੇ ਅੱਗ ਬਾਲ ਕੇ ਚੁੱਲ੍ਹੇ ਦੇ ਉੱਤੇ ਧਰ ਦਿਓ, ਰਿੰਨ ਦਿਓ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਦੀ ਇੱਕ ਖੇਡ ਖੇਡਣ ਵਾਸਤੇ, ਇੱਕ ਨਵਾਂ ਕੌਤਕ ਕਰਨ ਵਾਸਤੇ ਉਹਦੇ ਵੱਲੋਂ ਸ਼ਿਕਾਰ ਖੇਡ ਕੇ ਮਾਰ ਕੇ ਲਿਆਂਦਾ ਹੋਇਆ ਹਰਨ ਉਸ ਰਾਣੀ ਦੇ ਪੁੱਤਰ ਦੇ ਕੋਲੋਂ ਇੱਕ ਬਰਤਨ ਦੇ ਵਿੱਚ ਮਹਾਰਾਜ ਨੇ ਅੱਗ 'ਤੇ ਰਖਾ ਦਿੱਤਾ। ਧੂੰਆਂ ਨਿਕਲਿਆ, ਮਾਸ ਦੀ ਬਦਬੂ ਫੈਲੀ। ਬ੍ਰਾਹਮਣ ਬੜੇ ਗੁੱਸੇ 'ਚ ਆਏ, ਹੱਥਾਂ 'ਚ ਡਾਂਗਾਂ ਇੱਟਾਂ ਫੜ ਕੇ ਸਤਿਗੁਰੂ ਸਾਹਿਬ ਕੋਲ ਆਣ ਖੜੋਤੇ। ਸੂਰਜ ਗ੍ਰਹਿਣ ਲੱਗਿਆ ਹੈ, ਵੇਲਾ ਇਸ਼ਨਾਨ ਕਰਨ ਦਾ ਏ, ਦਾਨ ਪੁੰਨ ਕਰਨ ਦਾ ਹੈ, ਜਪ ਤਪ ਕਰਨ ਦਾ ਹੈ, ਪਰ ਤੁਸਾਂ ਨੇ ਸੋਚ ਵਿਚਾਰ ਨਹੀਂ ਕੀਤੀ, ਬੜਾ ਭੈੜਾ ਕਰਮ ਕਰ ਰਹੇ ਹੋ। ਅਤੇ ਉਸ ਵੇਲੇ ਕਹਿਣ ਲੱਗੇ ਮਹਾਰਾਜ ਬੜੇ ਨਿਰਭੈਤਾ ਦੇ ਸਹਿਤ ਹੋ ਕਰਕੇ ਕਹਿੰਦੇ ਵੀ ਕ੍ਰੋਧ ਦੀ ਅੱਗ ਨਾਲ ਤਪੇ ਹੋਏ ਜਿਹੜੇ ਪੰਡਿਤ ਸਨ ਉਹਨਾਂ ਦੇ ਹਿਰਦਿਆਂ ਨੂੰ ਮਹਾਰਾਜ ਨੇ ਆਪਣੇ ਅੰਮ੍ਰਿਤ ਬਚਨਾਂ ਨਾਲ ਸ਼ਾਂਤ ਕਰ ਦਿੱਤਾ ਵੀ ਜੇ ਤੁਸੀਂ ਮਾਰਨ ਆਏ ਹੋ ਤਾਂ ਮਾਰੋ, ਕਿਉਂਕਿ ਸਾਡਾ ਇਹ ਨਿਸ਼ਚਾ ਹੈ ਵੀ ਪਰਮੇਸ਼ੁਰ ਤੋਂ ਬਗੈਰ ਕੋਈ ਮਾਰ ਨਹੀਂ ਸਕਦਾ। ਜੇ ਵਿਚਾਰ ਕਰਨੀ ਹੈ ਤਾਂ ਆਓ ਵਿਚਾਰ ਕਰ ਲੈਂਦੇ ਹਾਂ। ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ
ਸਾਧ ਸੰਗਤ ਉਹਨਾਂ ਦੇ ਨਾਲ। ਨਾਨੂ ਪੰਡਿਤ ਇੱਕ ਵਿਦਵਾਨ ਬ੍ਰਾਹਮਣ ਸੀ ਜਿਹਨੇ ਆਪਣਾ ਨਾਮ ਹੀ ਨਾਨਕ ਚੰਦ ਲਿਖਾ ਲਿਆ ਸੀ, ਕਿਉਂਕਿ ਇਹਨੇ ਭਵਿੱਖਿਅਤ ਪੁਰਾਣ ਗ੍ਰੰਥ ਦੇ ਵਿੱਚ ਪੜ੍ਹਿਆ ਸੀ ਵੀ ਕਲਯੁੱਗ ਦੇ ਵਿੱਚ ਪਰਮੇਸ਼ਰ ਗੁਰੂ ਨਾਨਕ ਰੂਪ ਆਵੇਗਾ। ਅਤੇ ਇਹ ਬੜਾ ਵੱਡਾ ਵਿਦਵਾਨ ਹੋਣ ਕਰਕੇ ਜਿੱਥੇ ਜਾਵੇ ਇਹਦੇ ਅੱਗੇ ਕੋਈ ਜਿੱਤ ਨਾ ਸਕੇ। ਇਹਨੇ ਸੋਚਿਆ ਵੀ ਮੈਂ ਹੀ ਆ ਉਹ, ਤਾਂ ਇਹਨੇ ਨਾਮ ਨਾਨੂ ਤੋਂ ਬਦਲ ਕੇ ਨਾਨਕ ਚੰਦ ਰਖਾ ਲਿਆ। ਜਦੋਂ ਮਹਾਰਾਜ ਸਾਹਿਬ ਜੀ ਆਏ ਪਾਤਸ਼ਾਹ ਦੇ ਸਨਮੁਖ ਬੈਠ ਗਿਆ ਅਤੇ ਉਸ ਵੇਲੇ ਕਹਿਣ ਲੱਗੇ ਵੀ ਇਹਨਾਂ ਨੇ ਮਾਸ ਰਿੰਨਿਆ ਹੈ, ਇੱਕ ਤਾਂ ਗ੍ਰਹਿਣ ਦੇ ਸਮੇਂ ਅੱਗ ਬਾਲਣੀ ਮਾੜੀ ਹੈ, ਉੱਤੋਂ ਇਹਨਾਂ ਨੇ ਇੱਥੇ ਮਾਸ ਰਿੰਨਦਿਆਂ ਹੋਇਆ ਇਹਨਾਂ ਨੂੰ ਅਸੀਂ ਅੱਖੀਂ ਵੇਖਿਆ ਹੈ। ਇਸ ਤਰ੍ਹਾਂ ਦੀ ਭਾਵਨਾ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਨਾਨੂ ਪੰਡਿਤ ਚਰਚਾ ਕਰਨ ਵਾਸਤੇ ਸਾਧ ਸੰਗਤ ਬੈਠਾ ਅਤੇ ਮਹਾਰਾਜ ਨੂੰ ਕਹਿਣ ਲੱਗਾ ਤੁਸੀਂ ਵੇਖਿਆ ਤਾਂ ਹਿੰਦੂ ਪ੍ਰਤੀਤ ਹੁੰਦੇ ਹੋ, ਪਰ ਇਹ ਮਾਸ ਰਿੰਨਣ ਵਾਲਾ ਭੈੜਾ ਕਰਮ ਕਿਉਂ ਕੀਤਾ ਹੈ? ਤਾਂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਲੋਕਾਂ ਦੇ ਪਖੰਡ ਨੂੰ ਖੰਡਣ ਵਾਸਤੇ ਜਿਹੜੇ ਉੱਤੋਂ ਦਾ ਕਹਿੰਦੇ ਵੀ ਅਸੀਂ ਵੈਸ਼ਨਵ ਹੋਂਦੇ ਹਾਂ, ਅਸੀਂ ਮਾਸ ਨਹੀਂ ਖਾਂਦੇ, ਪਰ ਉਹ ਐਸੇ ਕਰਮ ਕਰਦੇ ਨੇ ਵੀ ਜੀਵਾਂ ਦਾ ਖੂਨ ਪੀਂਦੇ ਨੇ, ਦੁਖੀ ਕਰਦੇ ਹਨ, ਤੰਗ ਕਰਦੇ ਹਨ, ਉਹ ਕਰਮਾਂ ਦੀ ਮਹਾਰਾਜ ਸਾਹਿਬ ਜੀ ਨਿਖੇਧੀ ਕਰਨ ਦੇ ਲਈ ਇਹਨਾਂ ਨੂੰ ਸਮਝਾਉਣ ਦੇ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਤੁਸੀਂ ਮਾਸ ਤੋਂ ਰਹਿਤ ਨਹੀਂ ਹੋ, ਜਿਹੜਾ ਮਾਸ ਤੋਂ ਘਿਰਣਾ ਕਰ ਰਹੇ ਹੋ ਪੰਡਿਤ ਜੀ, ਆਪਣੇ ਆਪ ਨੂੰ ਮਾਸ ਦੇ ਪਰਮ ਤਿਆਗੀ ਅਖਵਾਉਂਦੇ, ਮਾਸ ਨੂੰ ਵੇਖ ਕੇ ਥੂ ਥੂ ਕਰਦੇ ਹੋ, ਪਰ ਤੁਸੀਂ ਮਾਸ ਤੋਂ ਕਿੱਥੇ ਕੁ ਤੱਕ ਬਚੋਗੇ? ਕਿਉਂਕਿ ਜਦੋਂ ਆਪ ਹੀ ਮੇਰੇ ਮਾਸ ਦੇ ਪੁਤਲੇ ਹੋ, ਮਾਸ ਖਾਣ ਨਾਲੋਂ ਭੈੜੇ ਕਰਮ ਤੁਸੀਂ ਕਰਦੇ ਹੋ ਵੀ ਜਿਹੜਾ ਮਾਸ ਖਾਣਾ ਮਾੜਾ ਕੰਮ ਹੈ, ਇਹਦੇ ਨਾਲੋਂ ਵੀ ਮਾੜੇ ਕੰਮ ਤੁਸੀਂ ਕਰਦੇ ਹੋ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਪਖੰਡ ਦਾ ਖੰਡਨ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਸਲੋਕ ਉਚਾਰਿਆ। ਅਤੇ ਸਲੋਕ ਦੀ ਵਿਚਾਰ ਤੋਂ ਪਹਿਲਾਂ ਇੱਕ ਬਚਨ ਨਿਰਣਾ ਧਿਆਨ ਦੇ ਵਿੱਚ ਰੱਖ ਲੈਣਾ ਵੀ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋ ਨੇ ਮਾਸ ਖਾਣ ਦਾ ਉਪਦੇਸ਼ ਨਹੀਂ ਦਿੱਤਾ ਇਹਦੇ ਵਿੱਚ, ਜਾਂ ਮਾਸ ਖਾਣ ਦੀ ਹਾਮੀ ਨਹੀਂ ਭਰ ਰਹੇ ਸਤਿਗੁਰੂ, ਸਗੋਂ ਇਹ ਕਹਿ ਰਹੇ ਨੇ ਵੀ ਜੇ ਮਾਸ ਖਾਣਾ ਮਾੜਾ ਕੰਮ ਹੈ ਇਹ ਤੁਸੀਂ ਕਹਿੰਦੇ ਹੋ, ਪਰ ਇਹਦੇ ਨਾਲੋਂ ਵੀ ਜਿਹੜੇ ਅੱਗੇ ਵੱਧ ਕੇ ਮਾੜੇ ਕਰਮ ਕਰਦੇ ਹੋ ਦਾ ਤਿਆਗ ਕਰੋ। ਐਸੀ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਸਲੋਕ ਉਚਾਰਨ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸਲੋਕ ਮਹੱਲਾ ਪਹਿਲਾ, ਪਹਿਲਾ ਮਾਸ ਹੋਂ ਨਿਮਿਆ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹੇ ਪਾਂਡੇ, ਹੇ ਪੰਡਿਤ, ਤੂੰ ਹੁਣ ਆ ਕੇ ਘਿਰਣਾ ਕੀਤੀ ਹੈ ਸਾਡੇ ਤੇ, ਵੇਖ ਪਹਿਲਾਂ ਮਾਸੋ ਨਿਮਿਆ, ਵੀ ਜਿਹੜਾ ਜੀਵ ਹੈ ਨਾ ਇਹ ਕਿੱਥੋਂ ਬਣਿਆ? ਪਹਿਲਾਂ ਸਾਰਿਆਂ ਤੋਂ ਮਾਸੋ, ਮਾਸ ਦੇ ਵਿੱਚੋਂ ਹੀ ਇਹ ਨਿਮਿਆ, ਨਿਮਿਆ ਨਾਮ ਹੈ ਬਣਿਆ, ਸਥਿਤ ਹੋਇਆ, ਇਹਦੀ ਬੁਨਿਆਦ ਰੱਖੀ ਗਈ ਮਾਸ ਦੇ ਵਿੱਚੋਂ ਹੀ। ਪਿਤਾ ਦੀ ਅੰਸ਼ ਧਾਤੂ ਅਤੇ ਮਾਤਾ ਦੀ ਰਕਤ, ਇਹਨਾਂ ਦੋਵਾਂ ਦੇ ਮੇਲ ਤੋਂ ਇਹ ਜਿਹੜਾ ਜੀਵ ਹੈ ਇਹ ਨਿਮਿਆ ਗਿਆ, ਇਹਦੀ ਬੁਨਿਆਦ ਰੱਖੀ ਗਈ, ਮੁੱਢ ਬੱਜ ਗਿਆ। ਮਾਸੇ ਅੰਦਰ ਵਾਸ, ਅਤੇ ਫਿਰ ਜੀਵ ਨੇ ਮਾਤਾ ਦੇ ਗਰਭ ਰੂਪੀ ਮਾਸੇ, ਮਾਸ ਦੇ ਅੰਦਰ ਵਿੱਚ ਹੀ ਰਕਤ ਅਤੇ ਬਿੰਦ ਦੀ ਇਕੱਤਰਤਾ ਰੂਪੀ ਵਾਸਾ ਪਾਉਣਾ ਕੀਤਾ, ਭਾਵ ਮਾਤਾ ਦਾ ਅਤੇ ਪਿਤਾ ਦੇ ਜੋ ਸਰੀਰ ਹਨ ਉਹਨਾਂ ਦੇ ਰਕਤ ਅਤੇ ਧਾਤੂ ਨਾਲ ਹੀ ਜਿਹੜਾ ਜੀਵ ਹੈ ਇਹਦੇ ਸਰੀਰ ਦਾ ਬੁਦਬੁਦਾ ਰੂਪ ਬਣ ਗਿਆ, ਮਾਤਾ ਦੇ ਸਰੀਰ ਦੇ ਅੰਦਰ ਵਾਸ ਪਾ ਕੇ ਉੱਥੋਂ ਹੀ ਵਧਣ ਲੱਗ ਪਿਆ। ਜੀਉ ਪਾਏ ਮਾਸ ਮੋਹੇ ਮਿਲਿਆ, ਤੇ ਫਿਰ ਕਹਿੰਦੇ ਵੀ ਜਦੋਂ ਜੀਉ ਪਾਏ ਸਰੀਰ ਬਣ ਗਿਆ
ਗੰਢ ਪੈ ਗਿਆ ਸਰੀਰ ਦਾ, ਜੀਓ ਪਾਏ ਮਾਸ ਮੋਹੇ ਮਿਲਿਆ। ਜਦੋਂ ਦੇਹ ਦੇ ਵਿੱਚ ਜੀਓ ਜੀਵ ਆਤਮਾ ਨੂੰ ਪਾਉਣਾ ਕੀਤਾ ਨਾ ਪਰਮੇਸ਼ਰ ਨੇ, ਮਾਸ ਮੋਹੇ ਮਿਲਿਆ, ਤਦ ਵੀ ਜੀਵ ਦੀ ਜੋ ਮਾਤਾ ਹੈ ਉਹਦੇ ਗਰਭ ਵਿੱਚ ਰੱਖਿਆ ਕਰਨ ਵਾਸਤੇ, ਵੀ ਇਹਦੇ ਗਰਭ ਦੇ ਵਿੱਚ ਮਾਤਾ ਦੇ ਰਹਿੰਦਿਆਂ ਹੋਇਆਂ ਇਹਨੂੰ ਸਵਾਸ ਨਾ ਆਉਣੋਂ ਹਟ ਜਾਣ, ਕੋਈ ਪਦਾਰਥ ਜਾਂ ਪਾਣੀ ਜਿਹੜਾ ਹੈ ਇਹਦੇ ਮੂੰਹ ਵਿੱਚ ਨਾ ਚਲਿਆ ਜਾਵੇ, ਵੀ ਛੋਟਾ ਹੈ ਹਾਲਾਂ ਸਰੀਰ ਨਹੀਂ ਬਣਿਆ, ਅਤੇ ਇਸ ਕਰਕੇ ਮਾਸ ਮੋਹੇ ਮਿਲਿਆ। ਜਿਹੜਾ ਮੂੰਹ ਹੈ ਇਹਦਾ ਜੀਵ ਦਾ, ਉਹਦੇ ਉੱਤੇ ਵੀ ਮਾਸ ਦਾ ਹੀ ਪਰਦਾ ਜਿਹੜਾ ਹੈ ਮਿਲਿਆ ਹੈ, ਭਾਵ ਕਿ ਪਰਦਾ ਪਾਉਂਦਾ ਹੈ ਮਾਲਕ, ਮੂੰਹ ਨੂੰ ਢੱਕ ਕੇ ਰੱਖਦਾ ਹੈ ਮਾਸ ਦੇ ਪਰਦੇ ਨਾਲ, ਵੀ ਕੋਈ ਵਸਤੂ ਕੋਈ ਪਦਾਰਥ ਮਾਤਾ ਦਾ ਖਾਧਾ ਹੋਇਆ ਜੀਵ ਦੇ ਅੰਦਰ ਨਾ ਜਾਵੇ, ਇਹਦਾ ਨੁਕਸਾਨ ਨਾ ਹੋਵੇ। ਜਾਂ ਮਾਸ ਮੋਹੇ ਮਿਲਿਆ ਦਾ ਦੂਜਾ ਇੱਕ ਅਰਥ ਇਹ ਵੀ ਕਰਦੇ ਹੈ ਵੀ ਉਸ ਵੇਲੇ ਇਹਦਾ ਕੜਾ ਖਾਣ ਵਾਸਤੇ ਕੋਈ ਮੂੰਹ ਸੀ, ਜਿਹੜਾ ਇਹਦਾ ਮਾਸ ਮੋਹੇ ਮਿਲਿਆ, ਜਿਹੜਾ ਕਹਿੰਦੇ ਵੀ ਮਾਸ ਖੁਰਾਕ ਪਹੁੰਚਾਉਣ ਵਾਸਤੇ ਮਾਸ ਦਾ ਨੜੂਆ ਸੀ ਨਾ, ਜਿਹੜੇ ਨੜੂਆ ਇਹਦੇ ਜੁੜਿਆ ਸੀ ਜਿਹਦੇ ਨਾਲ, ਉਹੀ ਮੁੱਖ ਰੂਪ ਦੇ ਵਿੱਚ ਮਿਲਿਆ ਹੋਇਆ ਸੀ, ਉਹਦੇ ਨਾਲ ਹੀ ਇਹਦੇ ਅੰਦਰ ਖੁਰਾਕ ਜਾਂਦੀ ਸੀ। ਹੱਡ ਚੰਮ ਤਨ ਮਾਸ, ਫਿਰ ਮਾਦਾ ਦੇ ਗਰਭ ਦੇ ਵਿੱਚ ਹੀ ਕਹਿੰਦੇ ਵੀ ਹੱਡ ਹੱਡੀਆਂ ਚੰਮ ਤੁਚਾ ਅਤੇ ਬਾਕੀ ਤਨ ਸਰੀਰ ਮਾਸ, ਇਹ ਵੀ ਸਾਰਾ ਕੁਝ ਮਾਸ ਹੀ ਹੈ ਨਾ, ਹੱਡ ਪਿਤਾ ਦੀ ਅੰਸ਼ ਨੇ, ਤੁਜਾ ਮਾਤਾ ਦੀ ਅੰਸ਼ ਹੈ, ਉਹ ਸਰੀਰ ਮਾਸ ਦਾ ਹੀ ਬਣ ਰਿਹਾ ਹੈ, ਬਣਿਆ ਹੋਇਆ ਏ। ਮਾਸ ਹੋ ਬਾਹਰ ਕੱਢਿਆ, ਜਦੋਂ ਛੇਕ ਮਹੀਨੇ ਸਾਧ ਸੰਗਤ ਜੀਵ ਦੇ ਸਰੀਰ ਦੀ ਗੰਢ ਤੋਂ ਪੂਰੀ ਹੋ ਜਾਂਦੀ ਹੈ ਨਾ, ਫਿਰ ਦਸ ਮਹੀਨੇ ਕਰੀਬ ਕਰੀਬ ਸਮਾਂ ਕੁਦਰਤ ਦੇ ਵਿਧਾਨ ਅਨੁਸਾਰ ਗਰਭ ਵਿੱਚ ਦਸ ਕੁ ਮਹੀਨੇ ਨੌ ਮਹੀਨੇ ਵਾਧਾ ਫੁੱਲਦਾ ਹੈ, ਫਿਰ ਮਾਸ ਹੋ ਬਾਹਰ ਕੱਢਿਆ। ਸਾਹਿਬ ਜੀ ਕਹਿੰਦੇ ਵੀ ਜਦ ਜੀਵ ਨੂੰ ਮਾਤਾ ਦੇ ਪੇਟ ਰੂਪੀ ਮਾਸੋ ਮਾਸ ਦੇ ਵਿੱਚੋਂ ਹੀ ਬਾਹਰ ਕੱਢਣਾ ਕੀਤਾ, ਭਾਵ ਜਨਮ ਲੈਣਾ ਕੀਤਾ ਜੀਵ ਨੇ, ਤੇ ਉਸ ਵੇਲੇ ਜੀਵ ਨੂੰ ਮਾਤਾ ਦੇ ਮੰਮਾ ਅਸਥਨਾਂ ਦੇ ਦੁਆਰਾ ਹੀ ਮਾਸ ਗਰਾਸ, ਜਿਹੜੀ ਇਹਦੀ ਗਰਾਸ ਗਰਾਹੀ ਹੈ ਦੁੱਧ, ਉਹ ਵੀ ਮਾਸ ਦੀ ਗਰਾਹੀ ਹੋਈ ਹੈ ਨਾ, ਭਾਵ ਉੱਥੇ ਬਾਲ ਅਵਸਥਾ ਦੁੱਧ ਪਿਲਾਉਣ ਰੂਪੀ ਆਹਾਰ ਜਿਹੜਾ ਹੈ ਇਹਦਾ ਆਹਾਰ ਜਿਹੜਾ ਇਹਦਾ ਭੋਜਨ ਹੈ, ਉਹ ਵੀ ਮੂੰਹ ਵਿੱਚ ਮਾਸ ਦਾ ਅਸਥਨ ਹੀ ਮਿਲਦਾ, ਉੱਥੇ ਵੀ ਮਾਸ ਦੁਆਰਾ ਹੀ ਇਹਦੀ ਖੁਰਾਕ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜੀਵ ਦੀ ਹੁੰਦੀ, ਉੱਥੋਂ ਹੀ ਪ੍ਰਾਪਤ ਹੁੰਦਾ ਹੈ। ਮਾਸੈ ਕਾ ਜੀਵ ਮਾਸੈ ਕੀ, ਫਿਰ ਮਹਾਰਾਜ ਸਾਹਿਬ ਕਹਿੰਦੇ ਵੀ ਉਹ ਮਾਤਾ ਦੇ ਦੁੱਧ ਚੁੰਗਣ ਵਾਸਤੇ ਜਿਹੜਾ ਮੂੰਹ ਮਿਲਿਆ ਹੈ, ਮੋਹ ਮਾਸੈ ਕਾ, ਉਹ ਮੂੰਹ ਵੀ ਤਾਂ ਮਾਸੇ ਮਾਸ ਦਾ ਹੀ ਬਣਿਆ ਹੈ, ਜੀਵ ਮਾਸੈ ਕੀ, ਅਤੇ ਜੀਵ ਰਸਨਾ ਜਿਹੜੀ ਹੈ ਜਿਹਦੇ ਸਹਾਰੇ ਨਾਲ ਦੁੱਧ ਚੁੰਘਦਾ ਏ ਜਾਂ ਵੱਡਾ ਹੋ ਕੇ ਕੁਝ ਬੋਲਦਾ ਖਾਂਦਾ ਹੈ ਸਵਾਦ ਚੱਖਦਾ ਏ, ਉਹ ਵੀ ਤਾਂ ਮਾਸੇ ਮਾਸ ਦੀ ਹੀ ਬਣੀ ਹੈ। ਮਾਸੇ ਅੰਦਰ ਸਾਸ, ਅਤੇ ਫਿਰ ਮਾਸੇ ਮਾਸ ਦੇ ਸਰੀਰ ਦੇ ਅੰਦਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਜੀਵ ਦੇ ਸਵਾਸ ਚੱਲ ਰਹੇ ਹਨ। ਵੱਡਾ ਹੋਆ ਵਿਆਹਿਆ, ਵਿਆਹਿਆ ਜਦੋਂ ਬਾਲਕ ਅਵਸਥਾ ਤੋਂ ਵੱਡਾ ਜਵਾਨੀ ਅਵਸਥਾ ਜਾ ਗਿਆ ਹੈ ਜੀਵ, ਵੱਡਾ ਹੋਆ ਹੋ ਕੇ ਤੇ ਵੀ ਆਇਆ ਵਿਆਹਿਆ ਜਾਂਦਾ, ਵਿਆਹ ਕੀਤਾ ਗਿਆ ਇਸ ਦਾ, ਘਰ ਲੈ ਆਇਆ ਮਾਸ, ਤਦੋਂ ਵੀ ਜੀਵ ਘਰ ਦੇ ਵਿੱਚ ਮਾਸ ਰੂਪ ਇਸਤਰੀ ਹੀ ਲੈ ਕੇ ਆਉਂਦਾ ਹੈ ਨਾ, ਆਪਣੇ ਘਰ ਵਿਆਹ ਕੇ ਇਸਤਰੀ ਦਾ ਬਣਿਆ ਤਣਿਆ ਮਾਸ ਦਾ ਭਾਂਡਾ ਲੈ ਆਉਂਦਾ ਹੈ, ਉਹ ਵੀ ਤਾਂ ਮਾਸ ਹੀ ਏ। ਮਾਸ ਹੋ ਹੀ ਮਾਸ ਉਪਜੈ, ਫਿਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਪੰਡਿਤ ਜੀ ਵੇਖੋ, ਮਾਸ ਹੋ ਹੀ ਮਾਸ ਉਪਜੈ, ਫਿਰ ਇਸਤਰੀ ਪੁਰਖ ਰੂਪੀ ਜੋ ਮਾਸ ਦੇ ਭਾਂਡੇ ਨੇ
ਇਸ ਭਾਂਡੇ ਤੋਂ ਹੀ ਮਾਸ ਉਪਜਿਆ। ਅੱਗੇ ਮਾਸ ਦੇ ਬਣੇ ਪੁਤਲੇ ਧੀਆਂ ਪੁੱਤਰ ਉਪਜੇ ਉਪਜਦੇ ਪੈਦਾ ਹੁੰਦੇ ਭਾਵ ਜੰਮਦੇ ਹਨ, ਉਹ ਵੀ ਤਾਂ ਮਾਸ ਦੇ ਹੀ ਨੇ। ਮਾਸ ਹੋ ਸਭੋ ਸਾਕ, ਇਹੋ ਇਸਤਰੀ ਅਤੇ ਪੁਰਖ ਰੂਪੀ ਜਿਹੜਾ ਮਾਸ ਹੋ ਮਾਸ ਦਾ ਭਾਂਡਾ ਹੈ, ਇਹਨਾਂ ਤੋਂ ਹੀ ਸਭੋ ਸਾਰੇ ਸਾਕ ਸੰਬੰਧੀ ਬਣਦੇ ਨੇ। ਮਾਸ ਤੋਂ ਹੀ ਜਗਤ ਦੇ ਸਾਕ ਸੰਬੰਧੀ ਰਿਸ਼ਤੇਦਾਰੀਆਂ ਹਨ। ਸਤਿਗੁਰ ਮਿਲੇ ਹੁਕਮ ਬੁਝੀਐ, ਜਦੋਂ ਸਾਧ ਸੰਗਤ ਜੀ ਇਹ ਛੇ ਤੁਕਾਂ ਮਹਾਰਾਜ ਨੇ ਪਹਿਲਾਂ ਜਿਨ੍ਹਾਂ ਦੇ ਵਿੱਚ ਸਿਧਾਂਤ ਆਇਆ ਨਾ, ਜੋ ਮਾਸ ਦਾ ਨਾਮ ਲੈਣ ਤੋਂ ਵੀ ਨਫ਼ਰਤ ਕਰਨੀ ਹੈ, ਇਹ ਭਰਮ ਰੂਪ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਵੀ ਜਿਹੜਾ ਅਸੀਂ ਕਰਮ ਨਹੀਂ ਕਰਦੇ ਤਾਂ ਉਹਦੇ ਨਾਲ ਸਾਨੂੰ ਨਫ਼ਰਤ ਕਰਕੇ ਵੀ ਆਪਣਾ ਕਿਉਂ ਨੁਕਸਾਨ ਕਰਨਾ ਹੋਇਆ। ਅਤੇ ਇਹ ਭਰਮ ਜਾਲ ਤੋੜੇ ਤੋਂ ਬਿਨਾਂ ਗਿਆਨ ਵਿੱਚ ਸੁਤੰਤਰਤਾ ਨਹੀਂ ਆ ਸਕਦੀ, ਸੱਤ ਸੱਤ ਦੀ ਗਿਆਤ ਨਹੀਂ ਹੋ ਸਕਦੀ। ਇਹ ਮਹਾਰਾਜ ਨੇ ਜਣਾਇਆ ਹੈ ਵੀ ਇਹ ਸਾਰਾ ਕੁਝ ਮਾਸ ਦਾ ਹੀ ਬਣਿਆ ਹੈ, ਫਿਰ ਮਾਸ ਮਾਸ ਕਹਿ ਕੇ ਨਫ਼ਰਤ ਕਿਉਂ ਪੈਦਾ ਕਰਨੀ ਹੈ। ਅਤੇ ਅੱਗੇ ਸਾਹਿਬ ਕਹਿੰਦੇ ਸਤਿਗੁਰ ਮਿਲਿਆ ਹੁਕਮ ਬੁੱਝੀ ਹੈ, ਵੀ ਸੱਚੇ ਗੁਰੂ ਸਾਹਿਬ ਨਾਲ ਮਿਲਣੇ ਕਰਕੇ ਹੀ ਗੁਰਾਂ ਦਾ ਜਾਂ ਪਰਮੇਸ਼ਰ ਦਾ ਜੋ ਹੁਕਮ ਪਾਉਣਾ ਹੈ ਉਹਨੂੰ ਸਤ ਕਰਕੇ ਮੰਨਣਾ ਬੁੱਝੀਏ, ਬੁੱਝ ਲਈਦਾ, ਸਮਝ ਲਈਦਾ ਹੈ। ਤੇ ਜਦੋਂ ਗੁਰਾਂ ਦੁਆਰਾ ਹੁਕਮ ਵਿੱਚ ਰਾਜੀ ਰਹੀਏ ਨਾ, ਰਜਾ ਵਿੱਚ, ਤਾਂ ਕੋ ਆਵੇ ਰਾਸ, ਤਦੋਂ ਹੀ ਕੋਈ ਜਿਹੜਾ ਕੋਈ ਕੰਮ ਰਾਸ ਸਚਿਆਈ ਵਿੱਚ ਆਵੇ ਆ ਸਕਦਾ। ਭਾਵ ਕੋਈ ਜਪ ਕਰਨਾ ਹੈ, ਕੋਈ ਤਪ ਕਰਨਾ, ਇਹ ਜੋ ਕਰਮ ਕੀਤਾ ਹੋਇਆ ਰਾਸ ਆ ਸਕਦਾ, ਨੇਪਰੇ ਚੜ ਸਕਦਾ, ਭਾਵ ਉਹੀ ਕੰਮ ਠੀਕ ਹੋ ਸਕਦਾ ਜਿਹੜਾ ਗੁਰਾਂ ਦੁਆਰਾ ਸਮਝ ਕੇ ਕੀਤਾ ਜਾਵੇ। ਆਪ ਛੁੱਟੇ ਨਹਿ ਛੁੱਟੀ ਐ, ਤੇ ਗੁਰੂ ਸਾਹਿਬ ਜੀ ਕਹਿੰਦੇ ਹੇ ਨਾਨੂ ਪੰਡਤ, ਹੇ ਪਾਂਡੇ, ਆਪ ਛੁੱਟੇ। ਜੇ ਕੋਈ ਇਹ ਕਹਿ ਰਿਹਾ ਨਾ ਵੀ ਮੈਂ ਆਪ ਮਾਸ ਤੋਂ ਛੁੱਟਿਆ ਹੋਇਆ ਹਾਂ, ਨਹਿ ਛੁੱਟੀ ਐ, ਇਸ ਪ੍ਰਕਾਰ ਕਹਿਣ ਨਾਲ ਛੁੱਟੀਏ ਛੁਟਕਾਰਾ ਨਹੀਂ ਹੁੰਦਾ, ਤੂੰ ਮਾਸ ਤੋਂ ਨਹੀਂ ਬਚ ਸਕਦਾ। ਨਾਨਕ ਬਚਨ ਬਿਨਾਸ, ਗੁਰੂ ਨਾਨਕ ਸਾਹਿਬ ਕਹਿੰਦੇ ਸਗੋਂ ਇਹ ਤੇਰਾ ਹੰਕਾਰ ਨਾਲ ਜਿਹੜਾ ਕੀਤਾ ਹੋਇਆ ਬਚਨ ਹੈ ਨਾ, ਇਹ ਬਿਨਾਸ ਨਾਸ ਕਰਨ ਵਾਲਾ ਹੈ। ਤੂੰ ਵਾਧੂ ਬੇਅਰਥ ਦੇ ਬੋਲ ਬੋਲ ਰਿਹਾ ਜੇ ਆਖੇ ਵੀ ਮੈਂ ਮਾਸ ਤੋਂ ਬਚਿਆ। ਸਾਹਿਬ ਕਹਿੰਦੇ ਮਾਸ ਦਾ ਹੀ ਸਭ ਕੁਝ ਬਣਿਆ ਹੋਇਆ ਹੈ, ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕੀਤੇ। ਇਹਦੇ ਵਿੱਚ ਭਾਵੇਂ ਕਿ ਮਾਸ ਖਾਣ ਦੇ ਲਈ ਕੋਈ ਸਿੱਧਤਾ ਨਹੀਂ ਮਿਲਦੀ ਵੀ ਖਾਣ ਲਈ ਕਿਹਾ ਮਹਾਰਾਜ ਨੇ, ਅਤੇ ਕਈ ਜਿਹੜੇ ਜ਼ਬਾਨ ਦੇ ਰਸੀਏ ਨੇ ਉਹ ਕਹਿੰਦੇ ਵੀ ਵੇਖੋ ਮਹਾਰਾਜ ਕਹਿੰਦੇ ਸਾਰਾ ਕੁਝ ਮਾਸ ਦਾ ਹੀ ਬਣਿਆ ਹੈ। ਇਹ ਤਾਂ ਸਤਿਗੁਰੂ ਮਹਾਰਾਜ ਉਹਨੂੰ ਇਹ ਸਮਝਾਉਣ ਲਈ ਵੀ ਇਹ ਤੋਂ ਅੱਗੇ ਵੀ ਮਾੜੇ ਕਰਮ ਨੇ, ਇਕੱਲਾ ਮਾਸ ਖਾਣਾ ਹੀ ਮਾੜਾ ਕੰਮ ਨਹੀਂ ਹੈ, ਇਹ ਤੋਂ ਵੱਡੇ ਵੱਡੇ ਕੁਕਰਮ ਨੇ ਜੀਵ ਕਰਦੇ ਹਨ ਜਿਨ੍ਹਾਂ ਦਾ ਅੱਗੇ ਜਾ ਕੇ ਜ਼ਿਕਰ ਆਵੇਗਾ। ਉਹਨਾਂ ਤੋਂ ਤਿਆਗਣ ਦੇ ਵਾਸਤੇ ਮਹਾਰਾਜ ਪ੍ਰੇਰਣਾ ਕਰਨੇ ਨੇ। ਅਗਲੇ ਮਹੱਲੇ ਵਿੱਚ ਮਾਸ ਸੰਬੰਧੀ ਜਿਹੜਾ ਝਗੜਾ ਕਰਦਾ ਹੈ ਉਹਨੂੰ ਵੀ ਮੂਰਖ ਦਾ ਨਾਮ ਦਿੰਦੇ ਹੋਏ ਮਹਾਰਾਜ ਸਾਹਿਬ ਜੀ ਸਿਧਾਂਤ ਦੀ ਗੱਲ ਕਰਦੇ ਹਨ। ਮਹੱਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹੇ ਪੰਡਿਤ ਵੇਖ, ਮਾਸ ਮਾਸ ਕਰਕੇ ਮੂਰਖ ਝਗੜੇ। ਮੂਰਖ ਜਿਹੜੇ ਬੇਸਮਝ ਬੇਅਗਲੇ ਲੋਕ ਹੁੰਦੇ ਉਹ ਆਪਸ ਝਗੜਦੇ ਨੇ, ਇੱਕ ਕਹਿੰਦਾ ਅਸੀਂ ਮਾਸ ਛੱਡਿਆ, ਦੂਜਾ ਕਹਿੰਦਾ ਅਸੀਂ ਮਾਸ ਖਾਂਦੇ ਹਾਂ, ਇਵੇਂ ਇੱਕ ਦੂਜੇ ਨਾਲ ਬਹਿਸ ਕਰਦੇ ਨੇ, ਉਹ ਖਾਣ ਦਾ ਸਿੱਧ ਕਰਦਾ, ਉਹ ਨਾ ਖਾਣ ਦਾ ਸਿੱਧ ਕਰਨ ਦਾ ਯਤਨ ਕਰਦਾ, ਇਸ ਪ੍ਰਕਾਰ ਆਖ ਆਖ ਕੇ ਮੂਰਖ ਪੁਰਖ ਨੇ ਜਿਹੜੇ ਆਪਸ ਵਿੱਚ ਝਗੜਦੇ ਹਨ। ਗਿਆਨ ਧਿਆਨ ਨਹੀਂ ਜਾਣੇ, ਜਾਂ ਉਹਨਾਂ ਨੇ ਆ ਕੇ ਕਿਹਾ ਸੀ ਨਾ ਵੀ ਇਹਨਾਂ ਮਾਸ ਰਿੰਨਤਾ ਮਾਸ ਰਿੰਨਤਾ। ਮਹਾਰਾਜ ਕਹਿੰਦੇ ਮਾਸ ਮਾਸ ਕਰਕੇ ਮੂਰਖ ਝਗੜ ਰਹੇ ਹਨ,
ਗਿਆਨ ਧਿਆਨ ਨਹੀਂ ਜਾਣੇ, ਪਰ ਹੇ ਪੰਡਿਤ ਜੋ ਤੁਸੀਂ ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ ਲਾਉਣਾ ਔਖਾ ਜਾਣਦੇ ਨੇ, ਨਾ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੈ ਨਾ ਵਾਹਿਗੁਰੂ ਦੇ ਧਿਆਨ ਤੁਹਾਡਾ ਸੁਰਤ ਜੁੜੀ ਹੈ, ਕੁਝ ਸਮਝ ਹੀ ਨਹੀਂ ਹੈ ਤੁਹਾਨੂੰ ਇਸ ਬਾਰੇ। ਕੌਣ ਮਾਸ ਕੌਣ ਸਾਗ ਕਹਾਵੇ, ਇਹ ਦੱਸ ਵੀ ਕੌਣ ਮਾਸ, ਕਿਹੜਾ ਪਦਾਰਥ ਜਿਹੜਾ ਉਹਨੂੰ ਮਾਸ ਕਹਿੰਦੇ ਹਾਂ, ਕੌਣ ਸਾਗ ਕਹਾਵੇ ਤੇ ਕਿਹੜਾ ਪਦਾਰਥ ਹੈ ਜਿਹੜਾ ਸਾਗ ਕਹਾਵੇ ਕਹਾਉਂਦਾ। ਸਾਗ ਦਾ ਪਤਾ ਤੇ ਸਾਰਿਆਂ ਨੂੰ ਹੀ ਹੈ, ਜਿਹੜੇ ਸਾਧ ਸੰਗਤ ਸਰੋ ਤੋਰੀ ਤੋਰੀਆ ਆਦਿਕ ਜਾਂ ਹੋਰ ਵੀ ਕੋਈ ਅੱਗੇ ਵਸਤੂ ਆ ਗਈਆਂ ਉਹਨਾਂ ਨੂੰ ਮੇਲ ਕੇ ਜੋ ਬਣਾਇਆ ਜਾਂਦਾ ਉਹਨੂੰ ਸਾਗ ਕਹਿੰਦੇ ਨੇ, ਜਿਹੜਾ ਅਸਲ 'ਚ ਸਰੋਂ ਦੀਆਂ ਗੰਦਲਾਂ ਅਤੇ ਰਿੰਨ ਕੇ ਖਾਧੀਆਂ ਜਾਣ ਉਹ ਕਹਿੰਦੇ ਵੀ ਸਾਗ ਹੈ। ਅਤੇ ਮਹਾਰਾਜ ਕਹਿੰਦੇ ਕਿਹੜਾ ਪਦਾਰਥ ਦੱਸ ਮਾਸ ਹੈ ਭਾਈ, ਕਿਹੜਾ ਪਦਾਰਥ ਤੇਰੀ ਨਿਗਾਹ ਦੇ ਵਿੱਚ ਸਾਗ ਕਹਾਉਂਦਾ ਹੈ। ਅਥਵਾ ਮਹਾਰਾਜ ਜੀ ਕਹਿੰਦੇ ਅਸੀਂ ਤੈਨੂੰ ਦੱਸਦੇ ਜਿਹੜਾ ਪੁਰਾਣਾ ਪਰਾਇਆ ਹੱਕ ਖਾਣਾ ਹੈ ਇਹੀ ਮਾਸ ਹੈ, ਜਿਹੜਾ ਕਿਰਤ ਕਰਕੇ ਹਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਓ ਪਛਾਣੇ ਸੇ, ਇਹੀ ਮਹਾਰਾਜ ਕਹਿੰਦੇ ਸਾਗ ਦੀ ਨਿਆਈ ਹੈ। ਮਾਸ ਖਾਣ ਤੋਂ ਭਾਵ ਹੈ ਜਿਹਦੇ ਵਿੱਚ ਪਾਪ ਆ ਗਿਆ, ਪਰਾਇਆ ਹੱਕ ਜਿਹੜਾ ਇਹ ਖਾਣਾ ਉਹਦੇ ਵਿੱਚ ਪਾਪ ਆ ਗਿਆ, ਸਾਗ ਖਾਣਾ ਜਿਹੜਾ ਉਹਦੇ ਵਿੱਚ ਕੋਈ ਪਾਪ ਦਾ ਵਿਚਾਰ ਨਹੀਂ ਆਇਆ, ਆਪਣੀ ਕਿਰਤ ਕਮਾਈ ਕਰਕੇ ਵੰਡ ਕੇ ਛਕਣਾ ਉਹੀ ਭੋਜਨ ਸਾਗ ਦੀ ਨਿਆਈ ਹੈ। ਇਕੱਲਾ ਬਾਹਰੀ ਮਾਸ ਰਹਿੰਦੇ ਹਾਂ ਜਾਂ ਸਾਗ ਰਹਿੰਦੇ ਹਾਂ, ਕੋਈ ਇਹ ਨਹੀਂ ਕਹਿ ਸਕਦਾ ਵੀ ਅਸੀਂ ਮਾਸਾਹਾਰੀ ਜਾਂ ਸ਼ਾਕਾਹਾਰੀ ਹਾਂ। ਜਿਹੜਾ ਪਰਾਇਆ ਸਾਹਿਬ ਜੀ ਕਹਿੰਦੇ ਵੀ ਮਾਲ ਧਨ ਲੁੱਟ ਖੋਹ ਕੇ ਖਾਣਾ ਹੈ ਇਹੀ ਮਾਸ ਹੈ, ਅਤੇ ਜਿਹੜਾ ਕਿਰਤ ਕਮਾਈ ਕਰਕੇ ਵੰਡ ਕੇ ਛਕਣਾ ਹੈ ਇਹੀ ਸਾਗ ਇਹੀ ਨੇਕ ਕਮਾਈ ਹੈ। ਇਸ ਕਰਕੇ ਤੂੰ ਦੱਸ ਵੀ ਕਿਹਦੇ ਵਿੱਚ, ਮਹਾਰਾਜ ਸਾਹਿਬ ਜੀ ਕਹਿੰਦੇ ਖਾਣ ਦੇ ਵਿੱਚ ਪਾਪ ਗੁਨਾਹ ਸਮਾਣੇ ਸਮਾਏ ਮਿਲੇ ਹੋਏ ਹਨ, ਉਹ ਇਹੀ ਹੈ ਵੀ ਪਰਾਏ ਹੱਕ ਦੇ ਵਿੱਚ ਪਾਪ ਸਮਾਏ ਹੋਏ ਨੇ ਤੇ ਹੱਕ ਹਲਾਲ ਦੀ ਕਮਾਈ ਤੇ ਵਾਹਿਗੁਰੂ ਵੀ ਖੁਸ਼ ਹੁੰਦਾ ਏ। ਇਹਦੇ ਵਿੱਚ ਨਾਲ ਇਹ ਵੀ ਸਾਧ ਸੰਗਤ ਵਿਚਾਰ ਹੈ ਵੀ ਜਿਹੜੇ ਪਦਾਰਥ ਖਾਣ ਨਾਲ ਅੰਦਰ ਵਿਕਾਰ ਉਪਜਦੇ ਨੇ ਨਾ, ਮੱਤ ਮਾਰੀ ਜਾਂਦੀ ਹੈ, ਉਹ ਜਿਹਦੇ ਨਾਲ ਮਾੜਾ ਵਿਚਾਰ ਆਵੇ ਉਹ ਜੀਵ ਪਾਪੀ ਬਣ ਜਾਂਦਾ ਹੈ, ਉਹੀ ਮਾਸ ਹੈ। ਅਤੇ ਜਿਹੜੇ ਪਦਾਰਥ ਖਾਣ ਦੇ ਨਾਲ ਮੰਦੇ ਵਿਕਾਰ ਵੀ ਮਰ ਜਾਣ, ਅੰਦਰ ਨਿਮਰਤਾ ਕੋਮਲਤਾ ਆਵੇ, ਸਿਮਰਨ ਵਾਲੇ ਪਾਸੇ ਬਿਰਤੀ ਲੱਗੇ, ਉਹੀ ਸਾਗ ਹੈ। ਭਾਵ ਹਮੇਸ਼ਾ ਹੀ ਚੰਗੀ ਖੁਰਾਕ ਜਿਹੜੀ ਹੈ ਜਿਹੜੀ ਜੀਵਨ ਨੂੰ ਸਵਸਥ ਰੱਖੇ ਉਹ ਸਾਧ ਸੰਗਤ ਸਾਗ ਹੈ। ਜਿਹੜੀ ਖੁਰਾਕ ਖਾ ਕੇ ਬੰਦੇ ਦਾ ਸੁਭਾਅ ਤਾਮਸੀ ਹੋਵੇ, ਬੰਦਾ ਜਿਹੜਾ ਹੈ ਵਿਕਾਰੀ ਹੋ ਜਾਵੇ, ਖਰਾਬੀਆਂ ਕਰੇ, ਉਹ ਸਾਰਾ ਕੁਝ ਮਾਸ ਹੈ, ਉਹਦੇ ਵਿੱਚ ਪਾਪ ਸਮਾਏ ਨੇ। ਗੈਂਡਾ ਮਾਰ ਹੋਮ ਜਗ ਕੀਏ, ਫਿਰ ਮਹਾਰਾਜ ਕਹਿੰਦੇ ਪੰਡਿਤ ਵੇਖ ਗੈਂਡਾ ਮਾਰ ਹੋਮ ਜਗ ਕੀਏ, ਜਿਹੜੇ ਤੇਰੇ ਦੇਵਤੇ ਆ ਉਹਨਾਂ ਬਾਰੇ ਵੀ ਲਿਖਿਆ ਹੁੰਦਾ ਵੀ ਉਹਨਾਂ ਨੇ ਗੈਂਡਾ ਆਦਿਕ ਜਾਨਵਰ ਮਾਰ ਮਾਰ ਕੇ, ਕਿਉਂਕਿ ਵੀ ਗਾਂ ਵਰਗਾ ਹੀ ਹੁੰਦਾ ਵੇਖਣ ਦੇ ਵਿੱਚ, ਅਤੇ ਗੈਂਡਾ ਆਦਿਕ ਜਾਨਵਰ ਮਾਰ ਮਾਰ ਕੇ ਹੋਮ ਜੱਗ ਕੀਏ, ਹੋਮ ਹਵਨ ਅਤੇ ਜੱਗ ਕੀਤੇ ਨੇ ਦੇਵਤਿਆਂ ਨੇ, ਗੈਂਡੇ ਦੇ ਜਾਨਵਰ ਨੂੰ ਮਾਰ ਕੇ ਜੱਗ ਵਿੱਚ ਹੋਮ ਹਵਨ ਕੀਤਾ ਹੈ। ਦੇਵਤਿਆਂ ਕੀ ਬਾਣੇ, ਇਹ ਦੇਵਤਿਆਂ ਦੀ ਵੇਦ ਬਾਣੀ ਬਾਣੀ ਵਿੱਚ ਲਿਖਿਆ ਹੋਇਆ ਹੈ ਵੀ ਇੱਦਾਂ ਦੇਵਤੇ ਵੀ ਮਾਸ ਦੇ ਦੁਆਰਾ ਹੀ ਜੱਗ ਕਰਦੇ ਰਹੇ ਨੇ, ਜਾਂ ਇਹ ਜਿਹੜੇ ਤੁਹਾਡੇ ਦੇਵਤੇ ਹਨ ਉਹਨਾਂ ਦੇਵਤਿਆਂ ਕੀ ਬਾਣੇ, ਬਾਣੇ ਨਾਮ ਸਾਧ ਸੰਗਤ ਬਾਣ ਆਦਤ ਦਾ ਹੁੰਦਾ ਵੀ ਤੁਹਾਡੇ ਦੇਵਤਿਆਂ ਦੀ ਇਹੀ ਬਾਣੇ ਇਹੀ ਆਦਤ ਇਹੀ ਸੁਭਾਅ ਹੈ ਵੀ ਜਾਨਵਰ ਮਾਰ ਕੇ ਜੱਗ ਕਰਨ ਨਾਲ ਖੁਸ਼ ਹੁੰਦੇ ਹੈ,
ਫਿਰ ਕਿਵੇਂ ਤੁਸੀਂ ਮਾਸ ਤੋਂ ਬਚੇ ਹੋਣ ਦਾ ਦਾਵਾ ਕਰਦੇ ਹੋ? ਮਾਸ ਛੋੜ ਬੈਸ ਨੱਕ ਪਕੜ ਹੈ, ਲੋਕਾਂ ਨੂੰ ਦਿਖਾਵੇ ਮਾਤਰ ਪਖੰਡੀ ਪੁਰਖ ਬਣ ਕੇ ਮਾਸ ਛੋੜ, ਮਾਸ ਨੂੰ ਛੱਡ ਕੇ ਭਾਵ ਮਾਸ ਦੇ ਤਿਆਗੀ ਬਣਨ ਦਾ ਦਾਵਾ ਕਰਕੇ ਬੈਸ ਨੱਕ ਪਕੜ ਹੈ, ਆਪਣਾ ਨੱਕ ਪਕੜ ਕੇ ਪਾਸੇ ਹੋ ਕੇ ਬੈਠ ਜਾਂਦੇ ਹੋ ਵੀ ਸਾਨੂੰ ਭੈੜੀ ਵਾਸਨਾ ਆਉਂਦੀ ਹੈ, ਨੱਕ ਫੜ ਕੇ ਸਮਾਧੀਆਂ ਲਾਉਂਦੇ ਹੋ ਵੀ ਇਹ ਮਾਸ ਦੀ ਜਿਹੜੀ ਸੁਗੰਧੀ ਇਹਦੇ ਕਰਕੇ ਸਾਡੀ ਸਮਾਧੀ ਨਹੀਂ ਲੱਗਦੀ। ਰਾਤੀ ਮਾਨਸ ਖਾਣੇ, ਪਰ ਪਾਤਸ਼ਾਹ ਜੀ ਕਹਿੰਦੇ ਕਰਮ ਤੁਹਾਡੇ ਕੈਸੇ ਹਨ, ਇਹ ਦਿਨੇ ਦਾ ਨੱਕ ਵਿਖਾਵੇ ਦਾ ਫੜ ਕੇ ਬੈਠ ਜਾਂਦੇ ਹੋ, ਰਾਤੀ ਮਾਨਸ ਖਾਣੇ ਤੇ ਰਾਤੀ ਰਾਤ ਨੂੰ ਮਾਨਸ ਸਾਰਾ ਹੀ ਮਨੁੱਖੀ ਖਾਣੇ ਖਾ ਜਾਣਾ ਕਰਦੇ ਹੋ, ਭਾਵ ਅੰਦਰ ਬਹਿ ਕੇ ਪਾਪ ਕਰਮ ਕਰਦੇ ਹੋ, ਪਰ ਪੁਰਖ ਪਰਾਈ ਇਸਤਰੀ ਜੋ ਗਮਨ ਕਰਨਾ, ਜੋ ਪਰਾਇਆ ਧਨ ਚੁਰਾਉਣਾ, ਇਹ ਬਣਿਆ ਤਣਿਆ ਮਨੁੱਖੀ ਮਾਸ ਖਾਣਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਪਰਾਏ ਰੂਪ ਜਿਹੜੇ ਹਨ, ਪਰਾਏ ਇਸਤਰੀ ਗਮਨ, ਇਹਦਾ ਪੂਰਾ ਬਣਿਆ ਤਣਿਆ ਮਾਸ ਹੈ, ਇਹ ਤੁਸੀਂ ਰਾਤ ਲੋਕੇ ਖਾਂਦੇ ਭਾਵੇ ਹੈ ਵੀ ਲੋਕਾਂ ਦਾ ਲਹੂ ਪੀਂਦੇ ਹੋ, ਕੁਕਰਮ ਕਰਦੇ ਹੋ, ਇਹ ਮੰਦ ਕਰਮ ਕਰਨਾ ਵੀ ਤਾਂ ਮਾਸ ਹੀ ਖਾਣਾ ਹੈ। ਫੜ ਕਰ ਲੋਕਾਂ ਨੂੰ ਦਿਖਲਾਵੇ, ਹੁਣ ਦਿਨੇ ਬੰਦਿਆਂ ਨੂੰ ਲੋਕਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਨੱਕ ਫੜ ਕੇ ਪਖੰਡ ਦੇ ਸਹਿਜ ਦਿਖਲਾਵੇ ਦਿਖਲਾਉਣਾ ਕਰਦੇ ਹੋ ਵੀ ਅਸੀਂ ਮਾਸ ਦੇ ਤਿਆਗੀ ਹਾਂ, ਲੋਕ ਆਖਣ ਵੀ ਇਹ ਤਾਂ ਬਹੁਤ ਹੀ ਵੱਡੇ ਵੈਸ਼ਨਵ ਹਨ। ਗਿਆਨ ਧਿਆਨ ਨਹੀਂ ਸੁਝੇ, ਪਰ ਸੱਚੀ ਗੱਲ ਇਹ ਹੈ ਪੰਡਿਤ ਜੀ, ਤੁਹਾਨੂੰ ਨਾ ਹੀ ਤਾਂ ਨਿਰਗੁਣ ਸਰੂਪ ਦਾ ਕੋਈ ਗਿਆਨ ਸਮਝ ਹੈ ਵੀ ਜੋਤ ਕਿਵੇਂ ਵੇਖਣੀ ਹੈ, ਨਾ ਹੀ ਵਾਹਿਗੁਰੂ ਦਾ ਧਿਆਨ ਜਾਣਦੇ ਹੋ, ਭਾਵ ਵਾਹਿਗੁਰੂ ਅੰਦਰ ਸੁਰਤ ਜੋੜਨ ਦੇ ਬਾਰੇ ਤੁਹਾਨੂੰ ਕੋਈ ਸੋਝਦਾ ਉੜਦਾ ਨਹੀਂ ਹੈ। ਨਾਨਕ ਅੰਧੇ ਸਿਓ ਕਿਆ ਕਹੀਐ, ਨਾਨਕ ਇੱਥੇ ਜਮਕੀ ਲਾਉਣੀ, ਅੰਧੇ ਸਿਓ ਕਿਆ ਕਹੀਐ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪਰ ਇਹ ਅੰਧੇ ਅਗਿਆਨੀ ਪੁਰਖਾਂ ਨੂੰ ਵੀ ਕੀ ਕਹਿਣਾ ਕਰੀਏ, ਕੀ ਸਮਝਾਈਏ, ਇਹਨਾਂ ਨਾਲ ਕੀ ਮੱਥਾ ਮਾਰ ਕੇ ਸਿਖਾਇਆ ਦਈਏ। ਕਹਿ ਨਾ ਕਹਿਆ ਬੂਝੈ, ਕਿਉਂਕਿ ਇਹ ਜਿਹੜੇ ਹਨ ਕਹਿ ਨਾ ਕਹਿਆ ਬੂਝੈ, ਇਹ ਜਿਹੜਾ ਕਹਿਆ ਹੋਇਆ ਬਚਨ ਹੈ ਇਹਨਾਂ ਨੂੰ ਸਮਝਾਉਣ ਦਾ, ਜਿਹੜੀ ਸਿੱਖਿਆ ਦੇਣੀ ਹੈ ਵੀ ਇਹ ਚੰਗਾ ਕਰਮ ਕਰੋ, ਮਾੜੇ ਕਰਮਾਂ ਦਾ ਤਿਆਗ ਕਰੋ, ਨਾਮ ਜਪਣ ਬਾਰੇ ਜਿਹੜਾ ਕਹੇ ਕਹਿ ਵੀ ਦੇਣਾ ਕਰੀਏ, ਤਾਂ ਇਹ ਕਹੇ ਹੋਏ ਬਚਨਾਂ ਨੂੰ ਬੁੱਝੇ ਬੁੱਝਦੇ ਸਮਝਦੇ ਨਹੀਂ ਹਨ, ਇਹ ਅਗਿਆਨੀ ਅੰਨੇ ਚੱਲਦੇ ਨਹੀਂ ਹਨ ਨਾਮ ਬਾਣੀ ਦੀ ਸਿੱਖਿਆ ਤੇ। ਅੰਧਾ ਸੋਏ ਜੇ ਅੰਧ ਕਮਾਵੇ, ਸਾਧ ਸੰਗਤ ਜਦੋਂ ਅੰਧੇ ਆਖਿਆ ਨਾ ਮਹਾਰਾਜ ਨੇ, ਤੇ ਇੱਕ ਪੰਡਿਤ ਨਾਨੂ ਪੰਡਿਤ ਜਿਹੜਾ ਸੀ ਮਹਾਰਾਜ ਦੇ ਸਨਮੁਖ ਬੈਠਾ, ਕਹਿੰਦਾ ਮਹਾਰਾਜ ਤੁਸੀਂ ਮੈਨੂੰ ਤੇ ਮੇਰੇ ਸਾਥੀਆਂ ਨੂੰ ਅੰਨਾ ਅਗਿਆਨੀ ਕਿਉਂ ਕਿਹਾ ਹੈ, ਸਾਡੀਆਂ ਤੇ ਅੱਖਾਂ ਨੇ, ਅਸੀਂ ਸਾਰੇ ਸੁਜਾਖੇ ਹਾਂ ਅਤੇ ਵੇਦ ਸ਼ਾਸਤਰਾਂ ਦੇ ਗਿਆਤਾ ਹਾਂ, ਅੰਨੇ ਕਿਉਂ ਆਖਿਆ? ਤਾਂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਵੀ ਅੰਧਾ ਸੋਏ ਹੇ ਪੰਡਿਤ, ਅੰਨਾ ਅਗਿਆਨੀ ਉਹੀ ਪੁਰਖ ਹੁੰਦਾ ਹੈ ਜੇ ਅੰਧ ਕਮਾਵੇ, ਜਿਹੜਾ ਅੰਧਤਾਈ ਵਾਲੇ ਅਗਿਆਨਪੁਣੇ ਵਾਲੇ ਕਰਮਾਂ ਨੂੰ ਕਮਾਉਂਦਾ, ਭਾਵ ਬੇਸਮਝੀ ਦੇ ਨਾਲ ਬਿਨਾਂ ਸੋਚਿਆਂ ਸਮਝਿਆਂ ਜਿਹੜਾ ਕੰਮ ਕਰੇ, ਲਾਭ ਫਾਇਦੇ ਦਾ ਜਿਹਨੂੰ ਪਤਾ ਨਹੀਂ ਹੈ, ਉਹਨੂੰ ਸਾਹਿਬ ਕਹਿੰਦੇ ਵੀ ਇਹਨਾਂ ਆਖਿਆ ਹੈ ਅਸੀਂ। ਤਿਸ ਹਿਰਦੈ ਸੇ ਲੋਚਨ ਨਾਹੀ, ਕਿਉਂਕਿ ਤਿਸ ਉਹਦੇ ਹਿਰਦੈ ਹਿਰਦੇ ਦੇ ਵਿੱਚ ਸੇ ਲੋਚਨ ਨਾਹੀ, ਸੇ ਤੋਂ ਭਾਵ ਉਹ ਸ੍ਰੇਸ਼ਟ ਗਿਆਨ ਰੂਪੀ ਲੋਚਨ ਨੇਤਰ ਨਹੀਂ ਨੇ, ਉਹ ਸਮਝ ਨਹੀਂ ਹੈ ਦਿਲ ਦੇ ਵਿੱਚ, ਜਿਹਦੇ ਨਾਲ ਪਤਾ ਲੱਗੇ ਵੀ ਮਾੜਾ ਕੰਮ ਕਿਹੜਾ ਹੈ ਤੇ ਚੰਗਾ ਕੰਮ ਕਿਹੜਾ ਹੈ। ਮਾਤ ਪਿਤਾ ਕੀ ਰਕਤ ਨਿਪੰਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹੱਦ ਹੋ ਗਈ ਵੀ ਕਹਿੰਦੇ ਉਹ ਵੀ ਅਸੀਂ ਮਾਸ ਨਹੀਂ ਖਾਂਦੇ ਪਖੰਡ ਕਰਦੇ, ਮਾਤ ਪਿਤਾ ਕੀ ਰਕਤ ਨਿਪੰਨੇ,
ਕਹਿੰਦੇ ਵੀ ਮਾਤਾ ਮਾਂ ਦੇ ਪਿਤਾ ਪਿਓ ਦੀ ਰਗਤ ਰਤ ਤੇ ਬਿੰਦ ਤੋਂ ਹੀ ਨਪੰਨੇ ਪੈਦਾ ਹੋਏ ਹਨ ਸਾਰੇ ਜੀਵ। ਮੱਛੀ ਮਾਸ ਨਾ ਖਾਹੀ 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 ਮੱਛੀ ਮਾਸ ਨਾ ਖਾਹੀ ਤੇ ਦਿਖਾਵੇ ਮਾਤਰ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਪਖੰਡੀ ਪੁਰਖ ਬਣ ਕੇ ਉਹ ਮੂੰਹ ਆਖਦੇ ਨੇ ਵੀ ਅਸੀਂ ਮੱਛੀ ਦਾ ਮਾਸ ਨਹੀਂ ਖਾਹੀ ਖਾਂਦੇ, ਭਾਵ ਆਖਦੇ ਨੇ ਵੀ ਜਿਹੜੀ ਮੱਛੀ ਹੈ ਜਿਹਨੇ ਮੱਛੀ ਦਾ ਮਾਸ ਖਾ ਲਿਆ ਉਹਨੇ ਸਾਰੀ ਹੀ ਜਹਾਨ ਦੀ ਮਾਸ ਗੰਦਗੀ ਖਾ ਲਈ, ਕਿਉਂਕਿ ਮੱਛੀ ਜਿਹੜੀ ਹੈ ਮੁਰਦੇ ਦਾ ਵੀ ਮਾਸ ਖਾਂਦੀ ਹੈ, ਕੋੜੀ ਦਾ ਵੀ ਮਾਸ ਖਾ ਜਾਂਦੀ ਹੈ ਜੇ ਪਾਣੀ ਦੇ ਵਿੱਚ ਹੋਵੇ। ਸੋ ਇਸ ਪ੍ਰਕਾਰ ਦੇ ਨਾਲ ਤੁਸੀਂ ਕਹਿੰਦੇ ਵੀ ਅਸੀਂ ਮੱਛੀ ਦਾ ਮਾਸ ਨਹੀਂ ਖਾਂਦੇ, ਭਾਵ ਆਪਣੇ ਮਾਤਾ ਪਿਤਾ ਦੀਆਂ ਧਾਤੂਆਂ ਤੋਂ ਪੈਦਾ ਹੋ ਕੇ ਇਹ ਪੰਡਿਤ ਬ੍ਰਾਹਮਣ ਤੁਸੀਂ ਮੱਛੀ ਨੂੰ ਵਿਸ਼ੇਸ਼ ਕਰਕੇ ਕਹਿੰਦੇ ਹੋ ਵੀ ਇਹ ਖਾਣ ਯੋਗ ਨਹੀਂ ਹੈ। ਠੀਕ ਹੈ ਵੀ ਬਾਕੀ ਦੇ ਮਾਸਾਂ ਨਾਲੋਂ ਮੱਛੀ ਦਾ ਮਾਸ ਬਹੁਤਾ ਮੰਦਾ ਹੈ, ਪਰ ਇੱਥੇ ਕਿਉਂ ਖਲੋ ਜਾਂਦੇ ਹੋ? ਤੁਹਾਨੂੰ ਦੱਸਦੇ ਹਾਂ, ਮੱਛੀ ਦਾ ਮਾਸ ਛੱਡ ਕੇ ਜੋ ਤੁਸੀਂ ਕਰਮ ਕਰਦੇ ਹੋ ਮੱਛੀ ਦੇ ਮਾਸ ਖਾਣ ਨਾਲੋਂ ਵੀ ਭੈੜੇ ਨੇ। ਉਹ ਭੈੜੇ ਕਿਹੜੇ ਹਨ? ਜਿਹੜਾ ਅੰਨ ਆਦਿਕ ਸਾਗ ਹੈ ਇਹਦੇ ਨਾਲੋਂ ਮਾਸ ਭੈੜਾ ਮੰਨਿਆ ਹੈ, ਮਾਸ ਨਾਲੋਂ ਮੱਛੀ ਦਾ ਮਾਸ ਭੈੜਾ ਹੈ। ਮੱਛੀ ਦੇ ਮਾਸ ਨਾਲੋਂ ਜਿਹੜੇ ਤੁਸੀਂ ਰਾਤ ਪਰ ਇਸਤਰੀਆਂ ਨਾਲ ਕੁਕਰਮ ਕਰਦੇ ਹੋ ਮੱਛੀ ਦੇ ਮਾਸ ਨਾਲੋਂ ਭੈੜਾ ਹੈ। ਜਿਹੜਾ ਤੁਸੀਂ ਮੱਛੀ ਦੇ ਮਾਸ ਤੋਂ ਘਿਰਣਾ ਕਰਦੇ ਹੋ ਉੱਥੇ ਕੁਕਰਮਾਂ ਨੂੰ ਵੀ ਤਿਆਗਣਾ ਕਰੋ, ਫਿਰ ਮਹਾਰਾਜ ਸਾਹਿਬ ਕਹਿੰਦੇ ਅਸਲ ਤਿਆਗੀ ਹੋ। ਪਰ ਇਹ ਪਖੰਡ ਹੈ ਨਾ, ਬਾਹਰੋਂ ਕੁਝ ਕਰਦੇ ਹੋ ਅੰਦਰ ਵੜ ਕੇ ਕੁਝ ਕਰਦੇ ਹੋ। ਇਸਤਰੀ ਪੁਰਖ ਜਾਂ ਨਿਸਮੇਲਾ 1290 ਅੰਗ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਸਤਰੀ ਔਰਤ ਤੇ ਪੁਰਖ ਹੈ, ਪੁਰਖ ਮਰਦ ਜਾਂ ਨਿਸਮੇਲਾ, ਜਦੋਂ ਨਿਸ ਰਾਤਰੀ ਨੂੰ ਮਿਲਾਪ ਹੁੰਦਾ ਹੈ ਇਹਨਾਂ ਦਾ, ਉੱਥੇ ਮੰਦ ਕਮਾਹੀ। ਹਾਂ, ਮੰਦ ਇਸੇ ਤਰ੍ਹਾਂ ਭਾਰਾ ਕਰਕੇ ਉੱਥੇ ਮੰਦ ਕਮਾਹੀ, ਤੇ ਉੱਥੇ ਵੀ ਮੰਦ ਤੋਂ ਅਰਥ ਤੋਂ ਭਾਵੇਂ ਮੰਦਾ ਹੀ ਅਰਥ ਹੁੰਦਾ, ਪਰ ਇੱਥੇ ਮੰਦ ਦਾ ਭਾਵ ਮਾਸ ਲੈਣਾ ਵੀ ਉੱਥੇ ਵੀ ਮੰਦ ਮਾਸ ਹੀ ਕਮਾਉਂਦੇ ਨੇ, ਭਾਵ ਮਾਸ ਦਾ ਹੀ ਕਾਰੋ ਵਿਹਾਰ ਸਾਰੇ ਮਾਸ ਦੇ ਨਾਲ ਸੰਬੰਧਿਤ ਹੀ ਸਭ ਕੁਝ ਕਰਮ ਕਰਦੇ ਹਨ। ਜਦੋਂ ਮਿਲਾਪ ਹੁੰਦਾ ਹੈ ਜੋ ਵੀ ਮੇਲਣਾ ਹੈ ਉਹ ਸਭ ਕੁਝ ਮਾਸ ਨਾਲ ਸੰਬੰਧਿਤ ਹੀ ਹੈ, ਅੱਗੇ ਵੀ ਮਾਸ ਦੀ ਹੀ ਉਤਪਤੀ ਹੁੰਦੀ ਹੈ। ਮਾਸੋ ਨਿੰਮੇ ਮਾਸੋ ਜੰਮੇ, ਇਸ ਕਰਕੇ ਇਹ ਪਾਂਡੇ ਜੀ ਮਾਤਾ ਦੀ ਅੰਸਰੂਪੀ ਅੰਸਰੂਪ ਹੋ ਕੇ ਮਾਸੋ ਨਿੰਮੇ, ਮਾਸ ਤੋਂ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਨਿੰਮੇ ਗਏ ਅਸਥਿਤ ਹੋਏ ਨੇ ਮਾਤਾ ਦੇ ਗਰਭ ਦੇ ਵਿੱਚ ਮਾਸੋ ਜੰਮੇ, ਤੇ ਮਾਤਾ ਦੇ ਗਰਭ ਰੂਪੀ ਮਾਸ ਤੋਂ ਹੀ ਇਹ ਜੀਵ ਜੰਮੇ ਪੈਦਾ ਹੋਏ ਹਨ। ਹਮ ਮਾਸੈ ਕੇ ਭਾਂਡੇ, ਇਹ ਹਮ ਅਸੀਂ ਤਮਾਮ ਜੀਵ ਸਾਰੇ ਮਾਸ ਦੇ ਹੀ ਭਾਂਡੇ ਪਾਤਰ ਭਾਵ ਪੁਤਲੇ ਹਾਂ। ਗਿਆਨ ਧਿਆਨ ਕਛ ਸੂਝੈ ਨਾਹੀ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਰੱਬ ਦੀ ਜੋਤ ਵੇਖਣਾ ਸਾਰਿਆਂ ਵਿੱਚ ਅਤੇ ਧਿਆਨ ਲਾਉਣਾ ਪਰਮੇਸ਼ਰ ਵਿੱਚ ਕਛ ਸੂਝੈ ਨਾਹੀ, ਉਹਦਾ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਕੁਝ ਸੁੱਝਦਾ ਉੜਦਾ ਨਹੀਂ, ਉਹਦੀ ਤਾਂ ਅਕਲ ਨਹੀਂ ਹੈ ਵੀ ਸੁਰਤ ਜੋੜਨੀ ਹੈ, ਗਿਆਨ ਨਾਲ ਵੇਖਣਾ ਵੀ ਸਾਰਿਆਂ 'ਚ ਵਾਹਿਗੁਰੂ ਵੱਸਦਾ ਏ। ਚਤੁਰ ਕਹਾਵੇ ਪਾਂਡੇ, ਪਾਂਡੇ ਪਾਂਡੇ ਪਾਠ ਆਊਗਾ ਅੱਗੇ ਵੀ, ਇਹ ਪੋਲਾ ਹੀ ਬੋਲਣਾ ਪਾਂਡੇ ਪਾਂਡੇ, ਕਈ ਭਾਰਾ ਕਹਿਣਗੇ ਉੱਦਾਂ ਨਹੀਂ, ਪਾਂਡੇ ਚਤੁਰ ਕਹਾਵੇ ਪਾਂਡੇ। ਹੇ ਮਹਾਰਾਜ ਸਾਹਿਬ ਕਹਿੰਦੇ ਪਾਂਡੇ ਜੀ ਪੰਡਿਤ ਜੀ, ਉੱਦਾਂ ਤੁਸੀਂ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਥੋੜ੍ਹਾ ਬਹੁਤਾ ਪੜ੍ਹ ਕੇ ਬੜੇ ਹੀ ਚਤੁਰ ਸਿਆਣੇ ਕਹਾਉਂਦੇ ਹੋ, ਪਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ ਆਦਿ ਕੋਈ ਸੁੱਝ ਸਮਝ ਹੀ ਨਹੀਂ ਹੈ, ਕੋਈ ਸੁੱਝ ਦਾ ਉੜਦਾ ਹੀ ਨਹੀਂ ਵੀ ਕਿਵੇਂ ਇਹ ਸੁਰਤ
ਪਰਮੇਸ਼ਰ ਨਾਲ ਜੋੜਨੀ ਹੈ। ਬਾਹਰ ਕਾ ਮਾਸ ਮੰਦਾ ਸਵਾਮੀ, ਸਵਾਮੀ ਕਿਉਂਕਿ ਪੰਡਿਤ ਨੂੰ ਸਾਰੇ ਸਵਾਮੀ ਜੀ ਕਹਿੰਦੇ ਸਨ, ਤਾਂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹੇ ਲੋਕਾਂ ਕੋ ਆਪਣੇ ਆਪ ਨੂੰ ਸਵਾਮੀ ਅਖਵਾਉਣ ਵਾਲੇ ਪੰਡਿਤ, ਹੇ ਪਾਂਡੇ ਬਾਹਰ ਕਾ ਮਾਸ ਮੰਦਾ ਸਵਾਮੀ, ਤੈਨੂੰ ਬਾਹਰ ਦਾ ਜਿਹੜਾ ਮਾਸ ਹੈ ਉਹਦੇ ਮੰਦਾ ਭੈੜਾ ਲੱਗਦਾ ਏ, ਘਰ ਕਾ ਮਾਸ ਚੰਗੇਰਾ, ਤੇ ਆਪਣੇ ਘਰ ਦਾ ਮਾਸ ਤੈਨੂੰ ਚੰਗੇਰਾ ਚੰਗਾ ਲੱਗਦਾ, ਭਾਵ ਹੈ ਵੀ ਰਾਗ ਦਵੈਸ ਦਵੈ ਦ੍ਰਿਸ਼ਟੀ ਹੋਣ ਕਰਕੇ ਹੋਰ ਜੀਵਾਂ ਨੂੰ ਭੈੜੇ ਸਮਝਦੇ ਹੋ, ਹੋਰ ਕਿਸੇ ਦੇ ਧੀਆਂ ਪੁੱਤ ਉਹਨਾਂ ਨੂੰ ਤਾਂ ਕਹਿ ਦਿੰਦੇ ਵੀ ਇਹਨਾਂ ਦੇ ਮਾਂ ਬਾਪ ਨੇ ਅਕਲ ਨਹੀਂ ਸਿਖਾਈ, ਅਤੇ ਜਿਹੜੇ ਆਪਣੇ ਹੈ ਇਸਤਰੀ ਹੈ ਬੱਚੇ ਹੈ ਉਹ ਮਾਸ ਉਹ ਇਸਤਰੀ ਪੁਰਖ ਇਸਤਰੀ ਬੱਚੇ ਉਹ ਚੰਗੇ ਲੱਗਦੇ ਆ, ਉਹਨਾਂ ਵਾਸਤੇ ਝੂਠ ਛਲ ਫਰੇਬ ਕਰਕੇ ਕਈ ਕੁਝ ਲਿਆ ਲਿਆ ਕੇ ਖਾਣ ਵਾਸਤੇ ਦਿੰਦੇ ਹੋ, ਬਾਹਰ ਦਾ ਮਾਸ ਤੁਹਾਨੂੰ ਮਾੜਾ ਲੱਗਦਾ ਭਾਵ ਹੋਰ ਲੋਕਾਂ ਨਾਲ ਈਰਖਾ ਕਰਦੇ ਹੋ, ਘਰ ਦਾ ਮਾਸ ਚੰਗਾ ਲੱਗਦਾ ਭਾਵ ਕਿ ਘਰੇ ਜੋ ਹੈ ਇਸਤਰੀ ਆਪਣੇ ਬੱਚੇ ਨਿਆਣੇ ਹੋਰ ਸੰਬੰਧੀ ਉਹਨਾਂ ਨਾਲ ਤੁਹਾਡਾ ਮੋਹ ਹੈ, ਜੰਤ ਸਭ ਮਸ ਹੋਏ, ਇਸ ਕਰਕੇ ਦਵੈਸ ਦ੍ਰਿਸ਼ਟੀ ਕਿਉਂ, ਕਿਉਂਕਿ ਜੀ ਅਜੰਤ ਜਿੰਨੇ ਵੀ ਜੀ ਸਥੂਲ ਜੀਵ ਤੇ ਜੰਤ ਸੂਖਮ ਜੀਵ ਨੇ ਸਭ ਮਸ ਹੋਏ, ਇਹ ਸਾਰੇ ਹੀ ਮਾਸ ਤੋਂ ਹੀ ਪੈਦਾ ਹੋਏ ਜੰਮੇ ਹਨ, ਜੀਏ ਲਿਆ ਵਾਸੇਰਾ, ਜੀਏ ਲਿਆ ਵਾਸੇਰਾ, ਤੇ ਮਾਸ ਵਿੱਚ ਹੀ ਜੀਏ ਜੀਵ ਆਤਮਾ ਨੇ ਵਾਸੇਰਾ ਵਾਸਾ ਲਿਆ ਹੋਇਆ, ਮਾਸ ਦਾ ਹੀ ਹੈ ਸਰੀਰ ਜਿਹਦੇ ਅੰਦਰ ਜਿੰਦ ਜਾਨ ਵਸਦੀ ਹੈ, ਭਖ ਭਖ ਹੈ ਭਖ ਤਜ ਛੁੱਡ ਹੈ, ਫਿਰ ਮਹਾਰਾਜ ਕਹਿੰਦੇ ਵੀ ਅਭਖ ਅਭਖ ਹੁੰਦਾ ਜਿਹੜਾ ਨਾ ਖਾਣ ਯੋਗ ਪਦਾਰਥ ਭਾਵ ਹਰਾਮ ਦੀ ਕਮਾਈ ਹਰਾਮ ਦੀ ਵਸਤੂ ਉਹਨੂੰ ਭਖ ਹੈ ਭਖ ਦੇ ਖਾਂਦੇ ਹੋ, ਭਖ ਤਜ ਛੁੱਡ ਹੈ, ਤੇ ਭਖ ਖਾਣ ਵਾਲੇ ਪਦਾਰਥ ਜਿਹੜੇ ਹਨ ਉਹਨਾਂ ਨੂੰ ਤਜ ਤਿਆਗ ਕੇ ਛੋਡੇ ਛੱਡ ਦਿੰਦੇ ਹੋ, ਪਾਤਸ਼ਾਹ ਕਹਿੰਦੇ ਖਾਣ ਯੋਗ ਵਸਤੂਆਂ ਜਿਹੜੀਆਂ ਹਨ ਸਰੀਰ ਦਾ ਨਿਰਬਾਹ ਉਧਰੋਂ ਵਰਤ ਰੱਖ ਲੈਂਦੇ ਹੋ, ਉਹ ਮਹਾਰਾਜ ਸਾਹਿਬ ਖਾਂਦੇ ਨਹੀਂ, ਉਹ ਅਭਖ ਭਖ ਹੈ, ਅਭਖ ਜਿਹੜੀ ਹੈ ਨਾ ਖਾਣ ਯੋਗ ਵਸਤੂ ਹੈ, ਪਰਾਇਆ ਹੱਕ ਲੋਕਾਂ ਦਾ ਲਹੂ ਪੀਣਾ ਲੋਕਾਂ ਨੂੰ ਤੰਗ ਕਰਨਾ ਉਹਦੇ ਸਭ ਕੁਝ ਭਖਸ਼ਣ ਕਰ ਜਾਂਦੇ ਖਾ ਜਾਂਦੇ ਹੋ, ਤੇ ਭਖ ਤਜ ਛੁੱਡ ਹੈ, ਤੇ ਜਿਹੜੇ ਖਾਣ ਯੋਗ ਪਦਾਰਥ ਨੇ ਉਹਨਾਂ ਦਾ ਤਿਆਗ ਕਰ ਦਿੰਦੇ ਹੋ, ਭਾਵੇ ਹੈ ਵੀ ਜਿਹੜੇ ਨਾ ਖਾਣ ਯੋਗ ਨਾ ਕਰਨ ਯੋਗ ਕਰਮ ਸਨ ਵੇਦਾਂ ਅਨੁਸਾਰ ਉਹ ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਕਰਦੇ ਹੋ, ਅਤੇ ਜਿਹੜੇ ਭਖਣ ਯੋਗ ਸਨ ਧਾਰਨ ਕਰਨੇ ਸਨ ਕਰਮ ਭਾਵ ਜਿਹੜਾ ਨੇਕ ਜੀਵਨ ਬਣਾਉਣਾ ਸੀ ਉਹ ਨੇਕ ਜੀਵਨ ਤੁਸੀਂ ਤਿਆਗ ਛੱਡਿਆ ਹੈ, ਅੰਧ ਗੁਰੂ ਜਿਨ ਕੇਰਾ, ਪਰ ਇਹ ਹਾਲਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦਾ ਗੁਰੂ ਆਪ ਉਹਨਾਂ ਅਗਿਆਨੀ ਹੈ ਜਿਹਨੂੰ ਆਪ ਸਮਝਣੀ ਹੈ, ਚੇਲੇ ਵੀ ਇਸੇ ਤਰ੍ਹਾਂ ਦੇ ਕਰਮ ਕਰਦੇ ਹਨ, ਮਸ ਹੋ ਨਿੰਮੇ ਮਸ ਹੋ ਜੰਮੇ, ਸਾਰੇ ਜੀ ਪਿਤਾ ਦੀ ਅੰਸ਼ ਨੂੰ ਮਾਸ ਤੋਂ ਮਾਤਾ ਦੇ ਗਰਭ ਵਿੱਚ ਨਿੰਮੇ ਅਸਥੇ ਧੋ ਕਰਕੇ ਮਾਸੋਂ ਜੰਮੇ, ਮਾਤਾ ਦੇ ਪੇ ਉਧਰ ਰੂਪੀ ਮਾਸ ਦੇ ਵਿੱਚੋਂ ਹੀ ਜਨਮ ਲੈ ਕੇ ਆਏ ਹਨ, ਮਾਸੈ ਕੇ ਭਾਂਡੇ, ਇਸ ਤਰ੍ਹਾਂ ਹੇ ਜੀ ਹੇ ਪਾਂਡੇ ਹੇ ਨਾਨੂ ਪੰਡਿਤ ਵਿਦਵਾਨ ਅਸੀਂ ਸਾਰੇ ਤਮਾਮ ਜੀਵ ਮਾਸ ਦੇ ਹੀ ਭਾਂਡੇ ਪਾਤਰ ਮਾਸ ਦੇ ਹੀ ਪੁਤਲੇ ਬਣੇ ਹਾਂ, ਗਿਆਨ ਧਿਆਨ ਕਛ ਸੂਝੈ ਨਾਹੀ, ਸੂਝੇ ਨਹੀਂ ਕਹਿਣਾ ਸੂਝੈ, ਗਿਆਨ ਧਿਆਨ ਕਛ ਸੂਝੈ ਨਾਹੀ,
ਤੈਨੂੰ ਨਿਰਗੁਣ ਸਰੂਪ ਦਾ ਮਹਾਰਾਜ ਕਹਿੰਦੇ ਗਿਆਨ, ਸਰਗੁਣ ਦਾ ਧਿਆਨ ਆਦਿ ਕੋਈ ਵੀ ਇਹ ਸੋਝਦਾ ਦਿਖਦਾ ਹੀ ਨਹੀਂ ਹੈ। ਚਤੁਰ ਕਹਾਵੇ ਪਾਂਡੇ, ਉਦਾਂ ਪਾਂਡੇ ਹੈ ਪੰਡਿਤ ਨੂੰ ਕਥਾ ਕਰਨ ਵਿੱਚ, ਵੇਦਾਂ ਦੁਆਰਾ ਚਰਚਾ ਕਰਨ ਚ ਬੜਾ ਚਤੁਰ, ਸਿਆਣਾ ਕਹਾਉਣਾ ਹੈ ਵੀ ਮੈਂ ਬੜਾ ਵਿਦਵਾਨ ਹਾਂ। ਮਾਸ ਪੁਰਾਣੀ ਮਾਸ ਕਤੇਬੀ, ਫਿਰ ਕਿਵੇਂ ਮਾਸ ਤੋਂ ਤੁਸੀਂ ਮੁਨਕਰ ਹੁੰਦੇ ਹੋ? ਮਾਸ ਪੁਰਾਣੀ ਤੁਹਾਡੇ ਪੜ੍ਹੇ ਹੋਏ ਜਿਹੜੇ ਪੁਰਾਣੀ ਪੁਰਾਣਾ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ ਹੈ ਵੀ ਜੱਗ ਆਦਿ ਕਰਨ ਵੇਲੇ ਜਾਨਵਰ ਦੀ ਬਲੀ ਦੇਣੀ ਯੋਗ ਹੈ, ਇਸ ਤਰ੍ਹਾਂ ਲਿਖਿਆ ਹੈ ਮਾਸ ਕਤੇਬੀ। ਅਤੇ ਮੁਸਲਮਾਨਾਂ ਦੀਆਂ ਜੋ ਕਤੇਬੀ ਕਿਤਾਬਾਂ ਹਨ ਉਹਨਾਂ ਦੇ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ ਹੈ, ਕੁਰਬਾਨੀ ਬਾਬਤ ਲਿਖਿਆ, ਜਿਵੇਂ ਅੱਜ ਬਕਰੀਦ ਹੈ, ਬਕਰੀਦ 'ਤੇ ਬੱਕਰਿਆਂ ਦੀਆਂ ਕੁਰਬਾਨੀਆਂ ਦਿੰਦੇ ਹਨ। ਇਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਮਾਸ ਦੀ ਕੁਰਬਾਨੀ ਦੇਣ ਬਾਰੇ ਤੁਹਾਡੇ ਪੁਰਾਣਾ 'ਚ ਕਿਤਾਬਾਂ 'ਚ ਲਿਖਿਆ ਹੋਇਆ, ਉੱਥੇ ਧਰਮ ਹੋ ਗਿਆ। ਚਹੋ ਯੁੱਗ ਮਾਸ ਕਮਾਣਾ, ਇਵੇਂ ਚਹੋ ਯੁੱਗ ਚਾਰੇ ਯੁੱਗਾਂ ਦੇ ਵਿੱਚ ਮਾਸ ਕਮਾਉਣਾ, ਜੀਵ ਮਾਸ ਨੂੰ ਹੀ ਕਮਾਉਣਾ ਕਰਦੇ ਨੇ, ਮਾਸ ਖਾਣ ਦੇ ਲਈ ਉਹ ਕਰਮ ਕਰਦੇ ਨੇ ਜਿਨ੍ਹਾਂ ਵਿੱਚ ਮਾਸ ਵਰਤਿਆ ਜਾਵੇ, ਧਰਮ ਨੂੰ ਹੀ ਧੰਦਾ ਬਣਾ ਲੈਂਦੇ ਹਨ। ਫਿਰ ਤੁਸੀਂ ਕਿਵੇਂ ਦੱਸੋ ਵੀ ਆਂਦੇ ਅਸੀਂ ਬਚੇ ਹੋਏ ਹਾਂ? ਜੱਜ ਕਾਜ ਵਿਆਹ ਸੁਹਾਵੇ, ਇਸ ਤਰ੍ਹਾਂ ਵਜਨ ਕਰਕੇ ਨਾ ਮਹਾਰਾਜ ਕਹਿੰਦੇ ਹੈ ਪੰਡਿਤ ਬੜੀ ਹੈਰਾਨੀ ਹੈ ਵੀ ਤੁਹਾਡੇ ਵੱਲ ਵੇਖ ਕੇ ਵੀ ਦੋਹਰਾ ਮਾਪਦੰਡ ਹੈ। ਜਿਹੜੀ ਗੱਲ ਅੱਜ ਤੁਸੀਂ ਖੰਡਨ ਕਰ ਰਹੇ ਹੋ ਵੀ ਇੱਥੇ ਗ੍ਰਹਿਣ ਲੱਗਾ ਸੀ ਤੁਸੀਂ ਮਾਸ ਰਹਿੰਦੇ ਹਾਂ, ਕਿਉਂਕਿ ਉਹ ਤਾਂ ਇੱਕ ਮਹਾਰਾਜ ਨੇ ਨਾ ਸਾਰਿਆਂ ਨੂੰ ਇਕੱਠੇ ਕਰਨਾ ਸੀ। ਗੁਰਾਂ ਦੀ ਜੁਗਤੀ ਹੈ ਵੀ ਜਿੱਥੇ ਵੀ ਜਾਂਦੇ ਸਨ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦਾ ਆਪਣਾ ਮੀਡੀਆ ਹੁੰਦਾ ਸੀ ਲੋਕਾਂ ਨੂੰ ਇਕੱਠੇ ਕਰਨ ਦਾ, ਆਪਣਾ ਹੀ ਮਹਾਰਾਜ ਦਾ ਢੰਗ ਸੀ, ਉਹ ਵਰਤ ਕੇ ਇਕੱਠੇ ਕੀਤਾ। ਅਤੇ ਮਹਾਰਾਜ ਕਹਿੰਦੇ ਖੰਡਨ ਕਰਦੇ ਹੋ ਅਤੇ ਉਸੇ ਦਾ ਹੀ ਆਪਣੇ ਪ੍ਰਚਾਰ 'ਚ ਮੰਡਣ ਕਰਦੇ ਹੋ। ਮੰਡਣ ਕਰਨ ਦਾ ਭਾਵ ਹੁੰਦਾ ਵੀ ਵੇਦਾਂ ਪੁਰਾਣਾਂ 'ਚ ਜੀਵਾਂ ਨੂੰ ਮਾਰ ਕੇ ਬਲੀਆਂ ਦੇਣੀਆਂ ਯੋਗ ਲਿਖੀਆਂ ਨੇ, ਬਲੀਆਂ ਮਾਸ ਦੀਆਂ ਨਹੀਂ ਹਨ। ਮਹਾਰਾਜ ਕਹਿੰਦੇ ਕੀ ਹੈ ਦੱਸੋ ਨਾ, ਜਵਾਬ ਦਿਓ, ਮਾਸਾਹਾਰੀ ਤੁਸੀਂ ਕਿਹਨੂੰ ਕਹਿੰਦੇ ਹੋ, ਕਿਹਨੂੰ ਸ਼ਾਕਾਹਾਰੀ ਕਿਹਾ ਜਾਵੇ? ਇਹ ਸਾਬਤ ਕਰੋ ਵੈਸ਼ਨੂੰ, ਜਾਂ ਅਸੀਂ ਤੁਹਾਡੇ ਪਖੰਡ ਨੂੰ ਜ਼ਾਹਰ ਕਰਨ ਦੇ ਲਈ ਇਹ ਸਾਰਾ ਕੌਤਕ ਕੀਤਾ ਜਿਹੜਾ ਤੁਸੀਂ ਸਾਨੂੰ ਕਹਿੰਦੇ ਵੀ ਇਹ ਮਾਸ ਕਿਉਂ ਰਹਿੰਦੇ ਹਾਂ? ਅਸੀਂ ਮਹਾਰਾਜ ਕਹਿੰਦੇ ਵੀ ਕੋਈ ਮਾਸ ਦੇ ਆਹਾਰ ਕਰਨ ਵਾਲੇ ਨਹੀਂ ਹਾਂ, ਤੁਹਾਡਾ ਪਾਜ ਹੀ ਉਘੇੜਨਾ ਸੀ ਵੀ ਇੱਥੇ ਤੁਹਾਡਾ ਧਰਮ ਭ੍ਰਿਸ਼ਟਿਆ ਗਿਆ, ਅਤੇ ਦੂਜੇ ਪਾਸੇ ਜੱਗ ਵੀ ਤੁਹਾਡੇ ਮਾਸ ਤੋਂ ਬਿਨਾਂ ਜਿਹੜੇ ਹਨ ਉਹ ਪੂਰੇ ਨਹੀਂ ਹੁੰਦੇ। ਇਸੇ ਤਰ੍ਹਾਂ ਸਾਧ ਸੰਗਤ ਕਈ ਜੱਗ ਉਹਨਾਂ 'ਚ ਜਿਵੇਂ ਗਊ ਹੱਤਿਆ ਸਨਾਤਨ ਧਰਮ ਵਿੱਚ ਵੱਡਾ ਪਾਪ ਹੈ, ਪਰ ਕਈ ਐਸੇ ਜੱਗ ਹਨ ਉਹ ਗਊ ਦੇ ਮਾਸ ਤੋਂ ਬਗੈਰ ਪੂਰੇ ਨਹੀਂ ਹੁੰਦੇ। ਹੁਣ ਧਰਮ ਕੀ ਹੈ ਅਤੇ ਪਾਪ ਕੀ, ਇਹੀ ਖੰਡਨ ਕਰ ਰਹੇ ਨੇ ਪਖੰਡ ਦਾ ਮਹਾਰਾਜ। ਜੱਜ ਕਾਜ ਵਿਆਹ ਸੁਹਾਵੇ, ਹਾਂ ਜੱਜ ਇਹ ਪੋਲਾ ਹੀ ਪਾਠ ਕਰਨਾ। ਜੱਜ ਕਹਿੰਦੇ ਨੇ ਪੂਜਾ ਨੂੰ ਜੱਜ ਕਾਜ, ਮਹਾਰਾਜ ਸਾਹਿਬ ਕਹਿੰਦੇ ਜਦੋਂ ਤੁਹਾਡੇ ਜੱਜ ਪੂਜਾ ਦੇ ਸਮੇਂ ਕੋਈ ਜਦੋਂ ਕੋਈ ਕਰਮ ਕਰਦੇ ਹੋ ਘਰ ਦੇ ਵਿੱਚ ਪੂਜਾ ਆਦਿਕ ਜੱਗ ਆਦਿਕ ਰੱਖਦੇ ਹੋ, ਜਾਂ ਕਾਜ ਤੋਂ ਭਾਵ ਹੈ ਵੀ ਕੋਈ ਜਦੋਂ ਵਿਆਹ ਆਦਿਕ ਦਾ ਕਾਰਜ ਆ ਕਰਕੇ ਸੁਹਾਵੇ ਸੋਭਨੀਕ ਹੁੰਦਾ ਹੈ ਵੀ ਜਿਹੜਾ ਘਰ 'ਚ ਖੁਸ਼ੀ ਵਾਲਾ ਕੋਈ ਪੂਜਾ ਆਦਿਕ ਦਾ ਵਿਆਹ ਆਦਿਕ ਦਾ ਜਿਹੜਾ ਕਾਰਜ ਹੁੰਦਾ ਹੈ ਜਦ ਸੋਭਨੀਕ ਤੁਹਾਡੇ ਮਾਸ ਸਮਾਣਾ, ਉੱਥੇ ਵੀ ਸੰਬੰਧੀਆਂ ਦਾ ਜਿਹੜਾ ਮੇਲ ਜੋਲ ਰੂਪੀ ਮਾਸ ਹੀ ਸਮਾਣਾ ਸਮਾਇਆ ਹੁੰਦਾ ਨਾ, ਭਾਵ ਮਾਸ ਦੇ ਸਰੀਰਾਂ ਦਾ ਇਕੱਠ ਹੁੰਦਾ, ਜਾਂ ਉੱਥੇ ਵੀ ਜਿਹੜਾ ਹੈ ਖੱਤਰੀ ਜਦੋਂ ਜਨੇਊ ਪਾਉਂਦੇ ਹਨ ਉਹਨਾਂ ਨੇ ਲਿਖਿਆ ਵੀ ਉਹਨਾਂ ਨੂੰ ਬੱਕਰਾ ਖਵਾਉਣਾ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰੀ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿੰਨਾ ਚਿਰ ਸਾਧ ਸੰਗਤ ਸਤਿਗੁਰੂ ਉੱਪਰ ਪ੍ਰਭਾਵ ਰੂਪ ਵਿੱਚ ਪ੍ਰਗਟ ਨਹੀਂ ਸਨ ਹੋਏ,
ਅਤੇ ਸਕੇ ਸੰਬੰਧੀਆਂ ਨੇ ਜਨੇਊ ਵੀ ਪਾਉਣਾ ਚਾਹਿਆ ਸੀ ਅਤੇ ਉਦੋਂ ਵੀ ਉਹਨਾਂ ਬੱਕਰਾ ਰਹਿੰਦੇ ਆ, ਖੱਤਰੀ ਜਿਹੜੇ ਹਨ ਜਨੇਊ ਪਾਉਣ ਸਮੇਂ ਬੱਕਰਾ ਧਰਦੇ ਨੇ। ਅਤੇ ਮਹਾਰਾਜ ਸਾਹਿਬ ਕਹਿੰਦੇ ਵੀ ਜੱਜ ਪੂਜਾ ਦੇ ਸਮੇਂ ਵਿਆਹਾਂ ਆਦਿਕਾਂ ਦੇ ਵਿੱਚ ਉੱਥੇ ਤਾਂ ਤੁਹਾਡੇ ਮਾਸ ਹੀ ਸਮਾਇਆ ਹੁੰਦਾ, ਉੱਥੇ ਖਾਣ ਨੂੰ ਕਹਿੰਦੇ ਵੀ ਇਹ ਛਤਰੀਆਂ ਦਾ ਧਰਮ ਹੈ, ਫਲਾਣੇ ਦਾ ਧਰਮ ਹੈ, ਉੱਥੇ ਸਭ ਕੁਝ ਬਣਾਈ ਖਾਈ ਜਾਂਦੇ ਹੋ। ਇਸਤਰੀ ਪੁਰਖ ਨਿਪਜ ਹੈ ਮਾਸ ਹੋ, ਇਸਤਰੀ ਔਰਤ ਅਦੇ ਪੁਰਖ ਮਰਦ ਨਿਪਜ ਹੈ ਮਾਸੋਂ, ਸਾਰੇ ਮਾਸੋਂ ਮਾਸ ਤੋਂ ਹੀ ਨਿਪਜੇ ਨਾਮ ਪੈਦਾ ਹੋਏ ਬਣੇ ਹਨ। ਪਾਤਸ਼ਾਹ ਸੁਲਤਾਨਾ, ਪਾਤਸ਼ਾਹ ਸੁਲਤਾਨਾ, ਭਾਵੇਂ ਕੋਈ ਪਾਤਸ਼ਾਹ ਹੈ ਤੇ ਭਾਵੇਂ ਸੁਲਤਾਨਾ ਤੇ ਭਾਵੇਂ ਕੋਈ ਸੁਲਤਾਨ ਚੱਕਰਵਰਤੀ ਬਾਦਸ਼ਾਹ ਹੈ, ਸਾਰੇ ਮਾਸ ਤੋਂ ਹੀ ਬਣੇ ਹਨ। ਜੇ ਓਏ ਦਿਸ ਹੈ ਨਰਕ ਜਾਂਦੇ, ਤੇ ਫਿਰ ਸਾਧ ਸੰਗਤ ਇਹ ਵੀ ਕਹਿੰਦੇ ਸਨ ਵੀ ਜਿਹੜੇ ਮਾਸ ਖਾਂਦੇ ਜਾਂ ਕਰਮ ਕਰਦੇ ਉਹ ਨਰਕਾਂ ਨੂੰ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਵੀ ਜੇ ਓਏ ਦਿਸ ਹੈ ਨਰਕ ਜਾਂਦੇ, ਵੀ ਇਹ ਪੰਡਿਤ ਜੀ ਜੇ ਤੁਹਾਨੂੰ ਉਹ ਜਿਹੜੇ ਮਾਸਹਾਰੀ ਹਨ ਮਾਸ ਤੋਂ ਬਣੇ ਹੋਣ ਕਰਕੇ ਨਰਕਾਂ ਵਿੱਚ ਜਾਂਦੇ ਦਿਖਦੇ ਹਨ ਸਾਰੇ ਜੀਵ, ਤਾਂ ਉਨ੍ਹਾਂ ਦਾਨ ਨਾ ਲੈਣਾ। ਫਿਰ ਤੁਹਾਨੂੰ ਉਹਨਾਂ ਪੰਡਿਤਾਂ ਦਾ, ਪੰਡਿਤ ਜੀ ਤੁਹਾਨੂੰ ਉਹਨਾਂ ਲੋਕਾਂ ਦਾ ਜਿਹੜੇ ਮਾਸ ਖਾਂਦੇ, ਰਾਜੇ ਲੋਕ ਤਾਂ ਖਾਂਦੇ, ਉਹਨਾਂ ਦੀ ਖੁਰਾਕ ਹੀ ਇਹ ਹੈ, ਵੱਡੇ ਮਾਇਆਧਾਰੀ ਲੋਕ ਤਾਮਸੀ ਭੋਜਨ ਖਾਂਦੇ ਹੈ, ਅਤੇ ਜੇ ਉਹ ਖਾਣ ਵਾਲੇ ਤੁਹਾਨੂੰ ਲੱਗਦਾ ਵੀ ਨਰਕਾਂ 'ਚ ਜਾਂਦੇ ਨੇ ਤਾਂ ਉਨ੍ਹਾਂ ਦਾਨ ਨਾ ਲੈਣਾ, ਫਿਰ ਉਹਨਾਂ ਦਾ ਦਿੱਤਾ ਹੋਇਆ ਦਾਨ ਨਹੀਂ ਤੁਹਾਨੂੰ ਲੈਣਾ ਚਾਹੀਦਾ, ਕਿਉਂਕਿ ਉਹਨਾਂ ਦਾ ਜੇ ਤੁਸੀਂ ਦਾਨ ਲੈਣਾ ਕਰੋਗੇ ਨਰਕਾਂ ਦੇ ਵਿੱਚ ਤੁਸੀਂ ਵੀ ਜਾਣਾ ਕਰੋਗੇ। ਨਰਕ ਸੁਰਗ ਲੈਦੇ, ਇਹ ਗੱਲ ਸੁਣ ਕੇ ਜਿਹੜਾ ਹੈ ਨਾ ਪੰਡਿਤਾਂ ਨੇ ਕਿਹਾ ਵੀ ਅਸੀਂ ਕਿਉਂ ਮਹਾਰਾਜ ਨਰਕਾਂ ਨੂੰ ਜਾਵਾਂਗੇ, ਜਿਹੜੇ ਮਾਸ ਖਾਣਗੇ ਉਹੀ ਨਰਕਾਂ ਨੂੰ ਜਾਣਗੇ, ਅਸੀਂ ਤਾਂ ਬ੍ਰਾਹਮਣ ਹਾਂ, ਦਾਨ ਦੇ ਅਧਿਕਾਰੀ ਹਾਂ, ਬ੍ਰਾਹਮਣਾਂ ਨੇ ਤਾਂ ਦਾਨ ਲੈਣਾ ਹੀ ਹੈ। ਤਾਂ ਸਾਹਿਬ ਕਹਿੰਦੇ ਵੀ ਦਿੰਦਾ ਨਰਕ, ਵੀ ਹੈਰਾਨੀ ਦੀ ਗੱਲ ਹੈ, ਇਹ ਪੰਡਤੋ ਜਿਹੜਾ ਦਾਨ ਦੇਣ ਵਾਲਾ ਹੈ ਉਹ ਤਾਂ ਨਰਕਾਂ 'ਚ ਜਾਂਦਾ ਹੈ, ਤੁਹਾਨੂੰ ਸੁਰਗ ਲੈ ਦੇ, ਅਤੇ ਤੁਸੀਂ ਦਾਨ ਲੈ ਦੇ, ਲੈਣ ਵਾਲੇ ਜਿਹੜੇ ਮਾਸ ਖਾਣ ਵਾਲਿਆਂ ਕੋਲ ਦਾਨ ਵੀ ਲੈਂਦੇ ਹੋ, ਪਰ ਤੁਸੀਂ ਸੁਰਗ ਸਵਰਗਾਂ ਵਿੱਚ ਜਾਂਦੇ ਹੋ, ਵੀ ਅਸੀਂ ਸਵਰਗਾਂ ਵਿੱਚ ਪਹੁੰਚ ਜਾਵਾਂਗੇ। ਦੇਖੋ ਇਹੋ ਤਿੰਘਾਣਾ, ਦੇਖੋ ਇਹੋ ਤਿੰਘਾਣਾ, ਮਹਾਰਾਜ ਕਹਿੰਦੇ ਵੇਖਣਾ ਕਰੋ ਭਾਈ ਇਹੋ ਇਹ ਤੁਹਾਡੀ ਤਿੰਘਾਣਾ, ਤਿੰਘਾਂ ਜੋਰੀ ਧੱਕੇਬਾਜ਼ੀ ਹੈ, ਭਾਵ ਕਿ ਇਹਦਾ ਬੇਇਨਸਾਫ਼ੀ ਹੈ ਨਾ, ਇਹਦਾ ਕੁਨਿਆਓ ਹੋ ਗਿਆ ਨਾ, ਵੀ ਜਿਹਨਾਂ ਕੋਲ ਦਾਨ ਲਿਆ ਭਾਵੇਂ ਉਹ ਮਾੜੇ ਕੰਮ ਕਰੀ ਜਾਣ, ਤੁਸੀਂ ਦਾਨ ਉਹਨਾਂ ਕੋਲ ਲੈ ਸਕਦੇ, ਉਹਨਾਂ ਦਾ ਦਿੱਤਾ ਘਰੋਂ ਖਾ ਸਕਦੇ ਹੋ, ਉਹ ਤੁਹਾਨੂੰ ਦਾਨ ਦੇ ਕੇ ਵੀ ਨਰਕਾਂ 'ਚ ਜਾਣਗੇ, ਤੁਸੀਂ ਮਾੜੇ ਘਰੋਂ ਦਾਨ ਲੈ ਕੇ ਮਾੜੀ ਕਮਾਈ ਖਾ ਕੇ ਵੀ ਸਵਰਗਾਂ ਨੂੰ ਜਾਓਗੇ। ਮਹਾਰਾਜ ਕਹਿੰਦੇ ਵੀ ਇਹ ਬੇਇਨਸਾਫ਼ੀ ਹੈ, ਇਹ ਤਾਂ ਬੜਾ ਹੀ ਕੁਨਿਆ ਹੈ ਭਾਈ। ਆਪ ਨਾ ਬੂਝੈ, ਇਹ ਸਾਧ ਸੰਗਤ ਉਹਨਾਂ ਲੋਕਾਂ ਸਾਰਿਆਂ ਦੇ ਭਾਰੀ ਸੱਟ ਹੈ, ਵੀ ਜਿਹੜੇ ਪੂਰਨ ਧਰਮੀ ਬਣੇ ਹੁੰਦੇ ਨੇ ਅਤੇ ਜਿਹੜਾ ਦਾਨ ਆਦਿਕ ਹੈ ਉਹ ਪਾਪੀਆਂ ਦੇ ਕੋਲੋਂ ਵੀ, ਚੋਰਾਂ ਕੋਲੋਂ ਵੀ, ਠੱਗਾਂ ਦੇ ਕੋਲੋਂ ਵੀ ਲੈ ਲੈਂਦੇ ਨੇ, ਕਾਲੀ ਕਮਾਈ ਵਾਲਿਆਂ ਦੇ ਕੋਲੋਂ, ਅਤੇ ਬੜੇ ਖੁਸ਼ ਹੁੰਦੇ ਨੇ। ਮਹਾਰਾਜ ਸਾਹਿਬ ਉਹ ਕਹਿ ਰਹੇ ਹਨ ਵੀ ਇਹ ਸਭ ਕੁਝ ਧੱਕੋਜੋਰੀ ਬੇਇਨਸਾਫ਼ੀ ਭਾਵ ਕੇ ਪਖੰਡ ਹੈ ਤੁਹਾਡਾ, ਆਪ ਨਾ ਬੁਝੈ ਲੋਕ ਬੁਝਾਏ। ਇਸ ਕਰਕੇ ਹੇ ਪੰਡਿਤ ਤੂੰ ਆਪ ਇਸ ਗੱਲ ਨੂੰ ਬੁੱਝਦਾ, ਸਮਝਦਾ ਨਹੀਂ, ਵਿਚਾਰ ਨਹੀਂ ਕਰਦਾ,
ਲੋਕ ਬੁਝਾਏ ਅਤੇ ਲੋਕਾਂ ਨੂੰ ਬੁਝਾਉਂਦਾ ਸਮਝਾਉਂਦਾ ਹੈ, ਲੋਕਾਂ ਨੂੰ ਸਿੱਖਿਆ ਦੇ ਰਿਹਾ, ਸੂਖਮ ਰੂਪ ਵਿੱਚ ਮਾਸ ਖਾ ਰਿਹਾ ਅਤੇ ਲੋਕਾਂ ਨੂੰ ਕਹਿੰਦਾ ਨਾ ਖਾਓ। ਪਾਂਡੇ ਖਰਾ ਸਿਆਣਾ, ਪਾਂਡੇ ਹੈ ਨਾਨੂ ਪਾਂਡੇ ਪੰਡਿਤ ਨੂੰ ਤਾਂ ਆਪਣੇ ਆਪ ਵਿੱਚ ਖਰਾ ਬਹੁਤਾ ਹੀ ਜ਼ਿਆਦਾ, ਸਿਆਣਾ ਸਮਝਦਾਰ ਕਹਾਉਣਾ ਵੀ ਮੈਂ ਬੜਾ ਸਮਝਦਾਰ ਹਾਂ। ਪਾਂਡੇ ਤੂੰ ਜਾਣੇ ਹੀ ਨਾਹੀ, ਮਹਾਰਾਜ ਕਹਿੰਦੇ ਹੇ ਪਾਂਡੇ ਤੂੰ ਤੇ ਇਸ ਗੱਲ ਤੋਂ ਉੱਕਾ ਹੀ ਅਣਜਾਣ ਹੈ, ਤੂੰ ਜਾਣਦਾ ਸਮਝਦਾ ਹੀ ਨਹੀਂ ਹੈ। ਤੈਨੂੰ ਇਹੀ ਨੀ ਪਤਾ। ਮਹਾਰਾਜ ਕਹਿੰਦੇ ਤੋਏ ਤੋਏ ਹੋ ਕਹਿੰਦੇ ਨੇ ਸਾਧ ਸੰਗਤ ਪਾਣੀ ਨੂੰ, ਵੀ ਪਾਣੀ ਤੋਂ ਹੀ ਬਣਿਆ ਹੈ ਨਾ ਮਾਸ, ਪਾਣੀ ਤੋਂ ਹੀ ਅੱਗੇ ਬਣਦਾ ਹੈ, ਪਾਣੀ ਸੁੱਕ ਜਾਏ ਤਾਂ ਮਾਸ ਜਿਹੜਾ ਉਹ ਰਹਿ ਨੀ ਸਕਦਾ। ਤੇ ਤੋਏ ਹੋ ਉਸੇ ਤੋਏ ਪਾਣੀ ਤੋਂ ਅੰਨ ਅਨਾਜ ਪੈਦਾ ਹੋਇਆ, ਕਮਾਦ ਇੱਕ ਗੰਨਾ ਆਦਿਕ ਤੇ ਕਪਾਹ ਕਪਾਹ ਆਦਿਕ ਉਤਪੰਨ ਹੋਏ ਹਨ ਪਾਣੀ ਤੋਂ ਹੀ। ਤੋਏ ਹੋ ਤ੍ਰਿਭਵਨ ਗੰਨਾ, ਤੋਏ ਹੋ ਤ੍ਰਿਭਵਨ ਗੰਨਾ, ਤੇ ਫਿਰ ਤੋਏ ਹੋ ਪਾਣੀ ਤੋਂ ਤ੍ਰੇ ਭਵਨ, ਤਿੰਨੇ ਭਵਨ ਪੈਦਾ ਹੋਏ ਨੇ, ਭਾਵ ਸਾਰਾ ਜਗਤ ਬਣਿਆ ਹੈ ਗੰਨਾ ਤੋਂ, ਭਾਵ ਗਣਨਾ ਕਰ ਵਿਚਾਰਨਾ ਕਰ, ਇਹ ਗੱਲ ਗੰਨਾ ਗਿਣੀ ਦੀ ਵਿਚਾਰੀ ਦੀ ਹੈ ਵੀ ਪਾਣੀ ਤੋਂ ਹੀ ਤਿੰਨ ਭਵਨ ਬਣੇ ਨੇ, ਤੇ ਤਿੰਨਾਂ ਭਵਨਾਂ ਦੇ ਵਿੱਚ ਹੀ ਜੀਵ ਆ ਗਿਆ, ਜੀਵ ਮਾਸ ਜਾਨਵਰ ਸਾਰਾ ਕੁਝ ਆ ਗਿਆ, ਭਾਵ ਇਹ ਹੈ ਵੀ ਅੰਨ ਅਨਾਜ ਵੀ ਪਾਣੀ ਤੋਂ ਬਣਿਆ ਅਤੇ ਜੋ ਕਪਾਹ ਆਦਿਕ ਪਾਣੀ ਤੋਂ ਬਣੀ ਹੈ, ਅਤੇ ਫਿਰ ਇਸੇ ਪ੍ਰਕਾਰ ਇਹ ਜੋ ਸਾਰੀ ਸ੍ਰਿਸ਼ਟੀ ਹੈ ਇਹ ਵੀ ਪਾਣੀ ਤੋਂ ਹੀ ਬਣੀ ਵਿਚਾਰੀ ਦੀ ਹੈ। ਇਸ ਤਰ੍ਹਾਂ ਇਹ ਸਿੱਧ ਹੋਇਆ ਵੀ ਪਾਣੀ ਤੋਂ ਮਾਸ ਬਣਦਾ ਏ। ਤੇ ਤੋਆ ਆਖੈ ਹੋ ਕੱਠਾ ਹੀ ਪਾਠ ਕਰਨਾ, ਆਖੈ ਹੋ ਬਹੁ ਵਿਧ ਹੱਛਾ, ਮਹਾਰਾਜ ਕਹਿੰਦੇ ਹੇ ਪੰਡਿਤ ਲੋਕੋ ਤੋਆ ਆਖੈ ਹੋ ਬਹੁ ਵਿਧ ਹੱਛਾ, ਤੇ ਫਿਰ ਤੁਸੀਂ ਜਿਹੜਾ ਹੈ ਗੰਗਾ ਆਦਿਕ ਦਾ ਜਿਹੜਾ ਤੋਆ ਪਾਣੀ ਹੋ ਉਹਨੂੰ ਆਖੇ ਹੋ ਆਖਦੇ ਹੋ ਕਿ ਇਹ ਬਹੁਤ ਹੀ ਵਿਧੀ ਪੂਰਵਕ ਹੱਛਾ, ਬਹੁਤਾ ਹੀ ਚੰਗਾ ਹੈ। ਜਾਂ ਤੁਸੀਂ ਇਹ ਕਹਿੰਦੇ ਹੋ ਵੀ ਤੋਆ ਆਖੈ ਹੋ ਵੀ ਜਿਹੜਾ ਪਾਣੀ ਹੈ ਇਹ ਆਖਦਾ ਹੈ ਵੀ ਮੈਂ ਬਹੁਤ ਵਿਧੀ ਪੂਰਵਕ ਚੰਗਾ ਹਾਂ, ਭਾਵ ਪਵਿੱਤਰ ਮੰਨਦੇ ਹੋ। ਬਹੁਤ ਬੇਕਾਰਾ, ਪਰ ਇਹ ਗੱਲ ਤੁਸੀਂ ਸਮਝਦੇ ਨਹੀਂ ਵੀ ਇਸ ਤੋਆ ਪਾਣੀ ਦੇ ਵਿੱਚੋਂ ਹੀ ਬਹੁਤ ਅਤਿਅੰਤ ਹੀ ਬੇਕਾਰਾ ਵਿਕਾਰ ਹਨ, ਬਹੁਤ ਸਾਰੇ ਰੂਪ ਵਟਾ ਕੇ ਕਈ ਰੂਪ ਧਾਰਨ ਕਰ ਲੈਂਦਾ ਹੈ ਪਾਣੀ, ਬਹੁਤ ਸਾਰੇ ਵਿਕਾਰ ਇਸ ਪਾਣੀ ਤੋਂ ਹੀ ਪੈਦਾ ਹੁੰਦੇ ਹਨ। ਇਤੇ ਰਸ ਛੋੜ ਹੋਵੇ ਸੰਨਿਆਸੀ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਤੂੰ ਵਾਕਈ ਆਪਣੇ ਆਪ ਤਿਆਗੀ ਅਖਵਾਉਣਾ ਨਾ, ਇਤੇ ਰਸ ਪਿਛਲੇ ਕਹੇ ਜਿੰਨੇ ਵੀ ਰਸ ਨੇ, ਇਹ ਇਸਤਰੀ ਇਹ ਬੱਚੇ ਇਹ ਸਭ ਅੱਗੇ ਜੋ ਕੁਝ ਵੀ ਹੈ, ਫਿਰ ਇਹ ਅੰਨ ਅਨਾਜ ਕਮਾਦ ਗੰਨਾ ਗੰਨੇ ਤੋਂ ਭਾਵ ਖਾਂਡੇ ਆਦਿਕ ਕਪਾਹਾਂ ਤੋਂ ਭਾਵ ਜਿਹੜੇ ਇਹਦੇ ਬਣੇ ਹੋਏ ਕੱਪੜੇ ਪਹਿਨਦਾ ਹੈ, ਇਹ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਕੀਤੇ ਹੋਏ ਬਾਹਜ ਅਤੇ ਅੰਤਰੀਵ ਰਸ ਨੇ ਛੋੜ, ਇਹ ਛੱਡਣ ਵਾਲਾ ਮਹਾਰਾਜ ਸਾਹਿਬ ਜੀ ਕਹਿੰਦੇ ਹੋਵੇ ਸੰਨਿਆਸੀ, ਜੇ ਇਹ ਸਾਰਾ ਕੁਝ ਛੱਡ ਦਿਓ ਫਿਰ ਤਾਂ ਤੈਨੂੰ ਮੰਨ ਲਈਏ ਵੀ ਤੂੰ ਸੰਨਿਆਸੀ ਤਿਆਗੀ ਹੈ, ਜਾਂ ਕਹਿੰਦੇ ਇੱਥੇ ਰਸ ਛੋੜ, ਇਹ ਪਿਛਲੇ ਕਹੇ ਹੋਏ ਸਾਰੇ ਹੀ ਰਸ ਛੱਡ ਦੇ, ਭਾਵ ਕਿ ਇਹਨਾਂ ਰਸਾਂ ਦੇ ਵਿੱਚ ਖੁਬਣਾ ਨਾ ਕਰ, ਹੋਵੇ ਸੰਨਿਆਸੀ ਜਿਹੜਾ ਛੱਡੇਗਾ ਉਹੀ ਅਸਲੀ ਤਿਆਗੀ ਹੁੰਦਾ ਏ। ਨਾਨਕ ਕਹਿ ਵਿਚਾਰਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਇਹ ਅਸੀਂ ਵਿਚਾਰਾ ਵਿਚਾਰ ਜਿਹੜੀ ਗੱਲ ਹੈ ਨਿਰਣਾ ਕਰਕੇ ਤੇਰੇ ਤੇ ਕਹਿਣਾ ਕੀਤੀ ਹੈ,
ਸੋ ਇਸ ਕਰਕੇ ਤੁਸੀਂ ਬ੍ਰਹਮ ਦਾ ਵਿਚਾਰ ਕਰੋ ਹੇ ਪੰਡਿਤ। ਵਿਚਾਰ ਦਾ ਸਿੱਟਾ ਇਹੀ ਹੈ ਵੀ ਮਾਸ ਨਾਲੋਂ ਭੈੜੀਆਂ ਕਰਤੂਤਾਂ ਉਹ ਕਰੀ ਜਾਂਦੇ ਹੋ ਅਤੇ ਉਹ ਕਹਿਤਾ ਵੀ ਅਸੀਂ ਮਾਸ ਨਹੀਂ ਖਾਂਦੇ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੁਹਾਡਾ ਮਾਸ ਛੱਡਿਆ ਹੋਇਆ, ਮਾਸ ਖਾਧਾ ਹੋਇਆ, ਉਹਦਾ ਕੀ ਹੋਇਆ ਫਰਕ? ਜਦੋਂ ਤੁਸੀਂ ਕਰਤੂਤਾਂ ਮਾੜੀਆਂ ਕਰਦੇ ਹੋ, ਤੁਹਾਡਾ ਮਾਸ ਛੱਡਿਆ ਵੀ ਸਫਲਾ ਹੈ, ਨਹੀਂ ਮਾਸ ਖਾਣ ਵਾਲਿਆਂ ਨਾਲੋਂ ਭੈੜੇ ਹੋ। ਬੇਸ਼ੱਕ ਆਪਣੇ ਆਪ ਨੂੰ ਵੈਸ਼ਨੂੰ ਕਹਾਓ ਪਰ ਵਾਹਿਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਸਮਝਾਇਆ। ਅਗਲ ਆਈ ਅਖੀਰ ਇਹੀ ਕਿਹਾ ਫਿਰ ਵੀ ਮਹਾਰਾਜ ਤੁਸੀਂ ਇਹ ਮਾਸ ਕਿਉਂ ਰਿੰਨੇ ਆ ਇੰਨੇ? ਮਹਾਰਾਜ ਤੁਹਾਡੇ ਸੋਹਣੇ ਵਿਚਾਰ ਨੇ। ਸਾਹਿਬ ਕਹਿੰਦੇ ਵੀ ਮਾਸ ਰਿੰਨਿਆ ਹੀ ਨਹੀਂ, ਪੰਗਤਾਂ ਲਾਓ। ਕਹਿਣ ਲੱਗੇ ਵੀ ਅਸੀਂ ਤਾਂ ਖੀਰ ਰਿੰਨੀ ਹੈ। ਸਤਿਗੁਰੂ ਕਹਿੰਦੇ ਭਾਂਡੇ ਦੇ ਉੱਤੋਂ ਜਾ ਕੇ ਢੱਕਣ ਲਾਓ ਭਾਈ। ਜਦੋਂ ਢੱਕਣ ਸਾਧ ਸੰਗਤ ਤੋਂ ਦੇਗਤੇ ਤੋਂ ਲਾਇਆ ਅਤੇ ਵਿੱਚ ਖੀਰ ਬਣੀ ਹੋਈ ਸੀ ਜੋ ਪੰਗਤਾਂ ਲਾ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕਰਕੇ ਦੇਗਚੇ ਜੋ ਖੀਰ ਨਿਕਲਣ ਬਾਰੇ ਇੱਦਾਂ ਵਚਨ ਕੀਤਾ। ਜਦੋਂ ਕਹਿੰਦੇ ਵੀ ਮਾਸ ਕਿਉਂ, ਤਾਂ ਕਹਿੰਦੇ ਸੁਣ ਕਰ ਬੋਲੇ ਗੁਣੀ ਗਹੀਰਾ ਇਤਿਹਾਸ ਦਾ ਵਜਨ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਮ ਤੋਂ ਧਰੀ ਦੇਗ ਮੈਂ ਖੀਰਾ, ਵੀ ਅਸੀਂ ਤਾਂ ਦੇਗ ਵਿੱਚ ਖੀਰ ਧਰੀ ਹੈ। ਉਹਨਾਂ ਜਦੋਂ ਵੇਖਿਆ ਤਾਂ ਵਾਕਿਆ ਹੀ ਉਹ ਖੀਰ ਦੇ ਰੂਪ ਵਿੱਚ ਹੀ ਦਿਖੀ ਅਤੇ ਸਾਰਿਆਂ ਨੇ ਪੰਗਤਾਂ ਲਾ ਕੇ ਉਸ ਰਾਣੀ ਦੇ ਉਸਦੇ ਪੁੱਤਰ ਦੇ ਕੋਲੋਂ ਮਹਾਰਾਜ ਸਾਹਿਬ ਨੇ ਉਹ ਸੇਵਾ ਕਰਾਈ, ਉਹਨਾਂ ਦਾ ਵੀ ਭਲਾ ਕਰਤਾ ਅਤੇ ਪੰਡਿਤਾਂ ਨੂੰ ਵੀ ਇਹ ਗੱਲ ਦੱਸੀ ਵੀ ਮਾਸ ਨਾ ਖਾਣਾ ਹੀ ਗੱਲਾਂ ਚੰਗਾ ਨਹੀਂ ਹੈ, ਮਾੜੇ ਕੰਮ ਕਰਨੇ ਵੀ ਛੱਡੋ, ਫਿਰ ਤੁਹਾਡਾ ਵੈਸ਼ਨੂੰ ਹੋਇਆ ਸਫਲਾ ਹੈ। ਇਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪਖੰਡ ਦਾ ਖੰਡਨ ਕੀਤਾ। ਇਹਦੇ ਨਾਲ ਇਹ ਗੱਲ ਸਾਧ ਸੰਗਤ ਵੀ ਇਹਦੇ ਵਿੱਚ ਕਿਤੇ ਵੀ ਕਈ ਲੋਕ ਇਹਨਾਂ ਤੁਕਾਂ ਦਾ ਸਹਾਰਾ ਲੈ ਕੇ ਕਹਿਣਗੇ ਵੀ ਵੇਖੋ ਮਹਾਰਾਜ ਕਹਿੰਦੇ ਸਭ ਕੋਈ ਮਾਸ ਦਾ ਹੀ ਬਣਿਆ ਹੈ ਅਤੇ ਉਹ ਖਾਣ ਨੂੰ ਤਰਜੀਹ ਦੇਣਗੇ। ਇਹ ਜਿਹੜਾ ਮਾਸ ਖਾਣਾ ਇਹ ਰਾਸੀ ਹੈ ਜ਼ਬਾਨ ਦਾ, ਜਿਹੜੀ ਕਮਾਈ 'ਚ ਪਾਪ ਹੋਵੇ। ਜਦੋਂ ਹੁਣ ਸਾਗ ਆਦਿ ਕੰਨ ਆਦਿ ਖਾਣਾ ਹੈ ਅਤੇ ਫਿਰ ਕੋਈ ਜਾਨਵਰ ਮਾਰ ਕੇ ਖਾਣਾ, ਉਹਨਾਂ 'ਚ ਬੜਾ ਫਰਕ ਹੈ ਅਤੇ ਉਹਨਾਂ ਨਾਲ ਬੰਦੇ ਦੀ ਬੁੱਧ ਵੀ ਭ੍ਰਿਸ਼ਟੀ ਹੁੰਦੀ ਹੈ। ਜਿੰਨੇ ਹੀ ਤਾਮਸੀ ਭੋਜਨ ਖਾਵਾਂਗੇ ਉਨੀ ਸਾਡੀ ਮਤ ਜਿਹੜੀ ਹੈ ਉਹ ਗਿਆਨ ਦੀ ਗੂੜ ਰਹੱਸ ਦੀ ਸਮਝ ਨੂੰ ਪਕੜਨ ਤੋਂ ਰਹਿਤ ਹੋ ਜਾਵੇਗੀ। ਮਤ ਮੋਟੀ ਹੁੰਦੀ ਜਿਵੇਂ ਪਸ਼ੂਆਂ ਦਾ ਡੰਗਰਾਂ ਦੀ ਮਤ ਮੋਟੀ ਹੁੰਦੀ ਹੈ ਨਾ, ਇਵੇਂ ਪਸ਼ੂ ਖਾ ਖਾ ਕੇ ਵੀ ਮਤ ਪਸ਼ੂਆਂ ਵਰਗੀ ਹੋ ਜਾਂਦੀ ਹੈ। ਅਤੇ ਜਿੰਨਾ ਹੀ ਆਪਾਂ ਵਾਹਿਗੁਰੂ ਦੇ ਭੈ 'ਚ ਕਿਰਤ ਕਮਾਈ ਕਰਦੇ ਹਾਂ, ਸਾਦਾ ਭੋਜਨ ਛਕਾਂਗੇ, ਨਾਮ ਜਪਦੇ ਹਾਂ, ਉਨੀ ਮਤ ਸੂਖਮ ਅਤੇ ਤੀਸ਼ਣ ਹੁੰਦੀ ਹੈ ਮਾਲਕ ਦੇ ਅਨੁਭਵ ਕਰਨ ਵਾਲੀ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਨੇ ਉਹਨਾਂ ਨੂੰ ਨਿਹਾਲ ਕੀਤਾ। ਉਹ ਸਾਰੇ ਹੀ ਕੁਰੂਕਸ਼ੇਤਰ ਦੇ ਬ੍ਰਾਹਮਣ ਜਿਹੜੇ ਸਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਚਰਨੀ ਆਣ ਕੇ ਪਏ। ਅਤੇ ਇਹ ਵੀ ਗੱਲ, ਜੇ ਕੋਈ ਇਹ ਵੀ ਤਰਕ ਕਰਦਾ ਵੀ ਮਾਸ ਨੇ ਅਖੀਰ ਕਿਵੇਂ ਬਣ ਗਈ, ਗੁਰੂ ਨਾਨਕ ਦੇਵ ਮਹਾਰਾਜ ਦੀ ਨਿਗਾਹ ਪਈ, ਕੌੜਾ ਪਾਣੀ ਮਿੱਠਾ ਹੋ ਗਿਆ, ਰੀਠੇ ਸਾਧ ਸੰਗਤ ਕੌੜੇ ਸਨ, ਮਹਾਰਾਜ ਦੀ ਨਿਗਾਹ ਨਾਲ ਮਿੱਠੇ ਹੋਏ, ਅੱਜ ਤੀਕਰ ਮਿੱਠੇ ਹਨ। ਮੁਰਦਾ ਖਾਣ ਵਾਸਤੇ ਕਿਹਾ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਜਦੋਂ ਬਚਨ ਮੰਨ ਕੇ ਖਾਣ ਲੱਗੇ ਤਾਂ ਕੜਾ ਪ੍ਰਸ਼ਾਦ ਦੀ ਦੇਗ ਬਣ ਗਈ ਸੀ। ਗੁਰੂ ਨਾਨਕ ਦੇਵ ਮਹਾਰਾਜ ਗੋਬਿੰਦ ਰੂਪ ਨੇ, ਸਾਹਿਬ ਜੀ ਕੁਝ ਵੀ ਕਰ ਸਕਦੇ ਨੇ। ਇਹ ਛੋਟੀਆਂ ਗੱਲਾਂ ਦੇ ਕਦੀ ਕਿਸੇ ਦੇ ਮਗਰ ਲੱਗ ਕੇ ਸੰਸੇ ਦੇ ਵਿੱਚ ਨਹੀਂ ਪੈਣਾ। ਸੋ ਮਹਾਰਾਜ ਹੁਣ ਅੱਗੇ ਪੌੜੀ ਉਚਾਰਨ ਕਰਦੇ ਹਨ। ਪੌੜੀ ਹੋ ਕਿਆ ਆਖਾ ਇੱਕ ਜੀਵ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਦੇ ਸਨਮੁਖ ਕਹਿੰਦੇ ਨੇ, ਹੇ ਵਾਹਿਗੁਰੂ ਹੋ ਕਿਆ ਆਖਾਂ, ਮਹਾਰਾਜ ਮੈਂ ਤੇਰੀ ਸਿਫਤ ਇੱਕ ਜੀਵ ਆਪਣੀ ਇੱਕ ਜ਼ਬਾਨ ਦੇ ਨਾਲ
ਕਿਆ ਕੀ ਆਖਣਾ ਕਰਾਂ, ਭਾਵ ਕਿ ਇੱਕ ਜ਼ਬਾਨ ਹੈ, ਤੇਰੇ ਕਿਹੜੇ ਕਿਹੜੇ ਗੁਣ ਆਖਾਂ, ਮੇਰੀ ਜ਼ਬਾਨ ਇੱਕ ਹੈ, ਤੇਰੇ ਗੁਣ ਬੇਅੰਤ ਹਨ, ਤੇਰਾ ਅੰਤ ਨਾ ਕਿਨਹੀ ਪਾਇਆ, ਤੇਰਾ ਅੰਤ ਅਖੀਰ ਮਹਾਰਾਜ ਕਿਸੇ ਨੇ ਪਾਉਣਾ ਹੀ ਨਹੀਂ ਕੀਤਾ, ਏਡੇ ਵੱਡੇ ਵੱਡੇ ਮਹਾਤਮਾ ਰਿਖੀ ਮੁਨੀ ਸੰਸਾਰ ਚ ਆਏ ਹਨ, ਸੱਚਾ ਸ਼ਬਦ ਵਿਚਾਰ, ਜਿਨ੍ਹਾਂ ਨੇ ਗੁਰਾਂ ਦਾ ਸੱਚਾ ਸ਼ਬਦ ਉਪਦੇਸ਼ ਹਿਰਦੇ ਦੇ ਵਿੱਚ ਵਿਚਾਰਿਆ ਹੈ, ਤੇਰੀ ਸ਼ਬਦ ਸਲਾਹ ਵਾਲਾ ਬਚਨ, ਤੇ ਤੁਝ ਹੀ ਮਾਹੇ ਸਮਾਇਆ, ਉਹਨਾਂ ਦਾ ਮਨ ਮਹਾਰਾਜ ਤੁਝ ਤੇਰੇ ਸਰੂਪ ਦੇ ਵਿੱਚ ਹੀ ਸਮਾਇਆ, ਸਮਾ ਗਿਆ, ਲੀਨ ਹੋ ਗਿਆ, ਫਿਰ ਅੰਤ ਕਿੰਨੇ ਪਾਉਣਾ ਸੀ, ਜਿਹੜੇ ਤੈਨੂੰ ਜਾਣਨ ਗਏ ਉਹ ਤੇਰੇ ਜੀ ਵਿੱਚ ਹੀ ਮਿਲ ਗਏ, ਅੰਤ ਕੌਣ ਪਾ ਸਕਦਾ ਹੈ ਤੇਰਾ, ਇੱਕ ਭਗਵਾ ਵੇਸ਼ ਕਰ ਭਰਮ, ਇੱਕ ਕਈ ਮਹਾਰਾਜ ਸਾਹਿਬ ਕਹਿੰਦੇ ਭਗਵਾ ਗੇਰੂ ਰੰਗ ਦਾ ਵੇਸ਼ ਲਿਬਾਸ ਧਾਰਨ ਕਰਕੇ ਭਰਮ ਦੇ ਜਗਤ ਵਿੱਚ ਭਰਮ ਦੇ ਤੁਰੇ ਫਿਰਦੇ ਧੱਕੇ ਖਾ ਰਹੇ ਹਨ, ਕਹਿੰਦੇ ਵੀ ਅਸੀਂ ਸੰਨਿਆਸੂ ਸਾਧੂ ਜੋਗੀ ਮਹਾਤਮਾ ਹਾਂ, ਬਿਨ ਸਤਿਗੁਰ ਕਿਨੈ ਨਾ ਪਾਇਆ, ਪਰ ਸੱਚੇ ਗੁਰੂ ਦੀ ਸ਼ਰਨ ਆਏ ਤੋਂ ਬਗੈਰ ਕਿਸੇ ਨੇ ਵੀ ਮਹਾਰਾਜ ਤੇਰੇ ਸਰੂਪ ਦੇ ਵਿੱਚ ਲੀਨ ਹੋਣਾ, ਤੇਰੇ ਚਰਨਾਂ 'ਚ ਜੁੜਨਾ ਪ੍ਰਾਪਤ ਹੀ ਨਹੀਂ ਕੀਤਾ, ਦੇਸ਼ ਦਿਸੰਤਰ ਭਵ ਥੱਕੇ, ਦੇਸ਼ ਦਿਸੰਤਰ ਭਵ ਥੱਕੇ, ਉਹ ਜਿਹੜੇ ਭਗਵੇ ਭੇਖ ਵਾਲੇ ਨੇ, ਭਾਵ ਜਿਹੜਾ ਵੀ ਧਰਮ ਦਾ ਪਖੰਡ ਭੇਖ ਪਾ ਲੈਂਦਾ ਏ, ਉਹ ਦੇਸ਼ ਸਾਰੇ ਦੇਸ਼ਾਂ ਦੇ ਦਸੰਤਰ ਸਾਰੀਆਂ ਦਿਸ਼ਾਵਾਂ ਦੇ ਵਿੱਚ ਭਾਵ ਸਕੇ ਭਾਉਂਦੇ ਹੋਏ ਥੱਕ ਗਏ, ਹਾਰ ਗਏ, ਦੁਖੀ ਹੋ ਗਏ ਹਨ, ਬੈਠ ਗਏ ਹਨ, ਅੰਦਰ ਆਪ ਲੁਕਾਇਆ, ਉਹਨਾਂ ਦੇ ਹਿਰਦੇ ਦੇ ਅੰਦਰ ਵਿੱਚ ਹੀ ਮਹਾਰਾਜ ਤੁਦ ਤੁਸੀਂ ਆਪ ਲੁਕਾਇਆ, ਆਪਣਾ ਆਪ ਲੁਕਾਇਆ ਹੋਇਆ, ਪਾਓ ਤੈਨੂੰ ਬਾਹਰ ਲੱਭਦੇ ਫਿਰਦੇ ਨੇ ਤੇ ਲੱਭਦਾ ਤੂੰ ਫੇਰ ਨਹੀਂ ਹੈ, ਉਹ ਜਿਹੜੇ ਬਾਹਰ ਖੋਜ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਹੀ ਤੂੰ ਆਪਣਾ ਆਪ ਲੁਕਾਇਆ ਛੁਪਾਇਆ ਹੋਇਆ ਏ, ਗੁਰ ਕਾ ਸ਼ਬਦ ਰਤਨ ਹੈ, ਗੁਰੂ ਮਹਾਰਾਜ ਦਾ ਸ਼ਬਦ ਉਪਦੇਸ਼ ਰਤਨ, ਰਤਨ ਵਾਂਗ ਅਮੋਲਕ ਹੈ, ਜਿਵੇਂ ਰਤਨ ਹਨੇਰੇ ਚ ਰੱਖੀਏ ਚਾਨਣ ਹੋ ਜਾਂਦਾ, ਗੁਰੂ ਦਾ ਸ਼ਬਦ ਚਾਨਣ ਕਰਨ ਵਾਲਾ ਏ, ਚਾਨਣ ਆਪ ਦਿਖਾਇਆ, ਤੇ ਆਪ ਹੀ ਮਹਾਰਾਜ ਗੁਰੂ ਦੇ ਸ਼ਬਦ ਰੂਪੀ ਰਤਨ ਦੁਆਰਾ ਤੂੰ ਅਧਿਕਾਰੀ ਪੁਰਖਾਂ ਦੇ ਹਿਰਦੇ ਚ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ, ਗੁਰ ਸ਼ਬਦ ਦੁਆਰਾ ਗਿਆਨ ਰੂਪੀ ਚਾਨਣ ਪ੍ਰਕਾਸ਼ ਕਰਕੇ ਤੇ ਆਪਣਾ ਆਪ ਸਰੂਪ ਅੰਦਰੋਂ ਹੀ ਪ੍ਰਗਟ ਕਰਕੇ ਵਿਖਾ ਦਿੱਤਾ ਹੈ, ਜਿਹੜੇ ਗੁਰ ਸ਼ਬਦ ਨਾਲ ਜੁੜੇ ਹਨ, ਆਪਣਾ ਆਪ ਪਛਾਣਿਆ, ਜਿਨ੍ਹਾਂ ਨੇ ਆਪਣਾ ਆਪ ਸਰੂਪ ਕਰਕੇ ਤੈਨੂੰ ਪਛਾਣ ਲਿਆ ਨਾ, ਵੀ ਆਤਮਾ ਦੇ ਪਰਮਾਤਮਾ ਇੱਕੋ ਹੀ ਹੈ, ਗੁਰਮਤੀ ਸੱਚ ਸਮਾਇਆ, ਉਹਨਾਂ ਦਾ ਮਨ ਗੁਰੂ ਦੀ ਮਤ ਸਿੱਖਿਆ ਦੁਆਰਾ ਮਹਾਰਾਜ ਤੇਰੇ ਸੱਚ ਸਰੂਪ ਵਿੱਚ ਹੀ ਸਮਾ ਗਿਆ, ਲੀਨ ਹੋ ਗਿਆ ਏ, ਆਵਾ ਗੌਣ ਬਜਾਰੀਆ, ਇਹ ਜਿਹੜਾ ਜਨਮ ਲੈ ਕੇ ਵਾਰ ਵਾਰ ਆਉਣਾ ਤੇ ਮਰ ਕੇ ਜਾਣਾ, ਇਹ ਬਜ਼ਾਰੀਆ ਮਸ਼ਕਰਿਆਂ ਵਾਸਤੇ ਹੈ, ਜਿਹੜੇ ਬਜ਼ਾਰੀ ਮਸ਼ਕਰੇ ਬਣੇ ਫਿਰਦੇ ਨੇ ਨਾ, ਜਿਹੜੇ ਤਮਾਸ਼ਬੀਨ ਲੋਕ ਹਨ, ਉਹਨਾਂ ਲਈ ਆਉਣਾ ਜਾਣਾ ਜੰਮਣਾ ਮਰਨਾ ਹੈ, ਬਾਜ਼ਾਰ ਜਿਨੀ ਰਚਾਇਆ, ਮਹਾਰਾਜ ਬਜ਼ਾਰੀ ਤੋਂ ਭਾਵ ਮਸ਼ਕਰੇ ਕੌਣ, ਚੁਟਕਲਿਆਂ ਨੂੰ ਕਹਿਣ ਵਾਲੇ ਕੇਵਲ ਨਹੀਂ, ਮਹਾਰਾਜ ਕਹਿੰਦੇ ਬਾਜ਼ਾਰ ਜਿਨੀ ਰਚਾਇਆ, ਵੀ ਜਿਨ੍ਹਾਂ ਨੇ ਇੰਦਰੀਆਂ ਰੂਪੀ ਬਾਜ਼ਾਰ ਨੂੰ ਸੰਸਾਰ 'ਚ ਰਚਾਉਣਾ ਕੀਤਾ ਹੈ, ਜਾਂ ਜਿਨ੍ਹਾਂ ਨੇ ਭੇਖਾਂ ਦਾ ਬਾਜ਼ਾਰ ਵਿਖਾਵਾ ਬਣਾਇਆ ਹੋਇਆ ਏ, ਭੇਖ ਕਰਨਾ ਵੀ ਇੱਕ ਨਾਟਕ ਸਮਝਿਆ ਏ, ਇੰਦਰੀਆਂ ਨੂੰ ਵਿਸ਼ਿਆਂ ਵਿੱਚ ਲਾਇਆ ਹੋਇਆ ਹੈ, ਉਹ ਬਾਜ਼ਾਰੀ ਲੋਕ ਨੇ, ਬਾਜ਼ਾਰੂ ਭਾਵ ਕੇ ਕੇਵਲ ਪੈਸੇ ਖਾਤਰ ਸਭ ਕੁਝ ਕਰਨ ਵਾਲੇ ਭੇਖੀ ਲੋਕ ਨੇ, ਉਹਨਾਂ ਦਾ ਜੰਮਣ ਮਰਨ ਚਾਉਣਾ ਜਾਣਾ ਬਣਿਆ ਰਹਿੰਦਾ ਏ, ਇੱਕ ਥਿਰ ਸੱਚਾ ਸਾ ਲਾਹਣਾ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇੱਕ ਥਿਰ
ਸੱਚਾ ਸਾਹ ਲਾਹਣ ਵੀ ਉਹਨਾਂ ਨੇ ਇੱਕ ਚਿੱਤ ਹੋ ਕੇ ਸਿਰ ਸਥਿਤ ਰਹਿਣ ਵਾਲੇ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਏ। ਜਿਨ੍ਹਾਂ ਦੇ ਮਨ ਵਿੱਚ ਸੱਚੇ ਪਰਮੇਸ਼ਰ ਦਾ ਨਾਮ ਜਪਣਾ ਭਾਇਆ ਚੰਗਾ ਲੱਗ ਆਇਆ ਹੈ ਜਾਂ ਇੱਕ ਸਿਰ ਸੱਚਾ ਸਾਹ ਲਾਹਣਾ, ਇੱਕ ਉਹੀ ਗੁਰਮੁਖ ਸਦਾ ਸਥਿਰ ਨੇ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ। ਜਿਨ ਮਨ ਸੱਚਾ ਭਾਇਆ, ਜਿਨ੍ਹਾਂ ਦੇ ਮਨ ਵਿੱਚ ਸੱਚਾ ਪਰਮੇਸ਼ਰ ਭਾ ਗਿਆ ਹੈ, ਜਿਨ੍ਹਾਂ ਨੂੰ ਇਹ ਚੰਗਾ ਲੱਗ ਆਇਆ ਹੈ ਵੀ ਇਹ ਕਹਿਣ ਵਿੱਚ ਹੀ ਸੁੱਖ ਹੈ, ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ।